ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਔਰ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਤੇ ਉਹਨਾਂ ਗੁਰਦਆਮਾਂ ਦੀ ਗੁਰਦੁਆਰਿਆਂ ਦੀ ਗੱਲ ਕੀਤੀ ਜਾ ਰਹੀ ਹੈ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਔਰ ਜਿਨ੍ਹਾਂ ਦੀ ਗੱਲ ਆਪਾਂ ਅਰਦਾਸ ਵਿੱਚ ਰੋਜ਼ ਕਰਦੇ ਹਾਂ ਨਣਕਾਣਾ ਸਾਹਿਬ ਪੰਜਾ ਸਾਹਿਬ ਤੇ ਉਹ ਗੁਰੂ ਘਰ ਜਿਹੜੇ ਪੰਥ ਤੋਂ 1947 ਚ ਵਿਛੜ ਗਏ ਪਰ ਉਹਨਾਂ ਦੇ ਦਰਸ਼ਨ ਦੂਦਾਰ ਸਾਭ ਸੰਭਾਲ ਸਾਡੀ ਅਰਦਾਸ ਦਾ ਹਿੱਸਾ ਬਣ ਗਿਆ ਸਤਿਗੁਰ ਨੇ ਕਿਰਪਾ ਕੀਤੀ ਸਤਿਗੁਰ ਨੇ ਬਖਸ਼ਿਸ਼ ਕੀਤੀ ਉਹਨਾਂ ਗੁਰਦੁਆਰਿਆਂ ਦੇ ਦਰਸ਼ਨ ਦੂਦਾਰ ਦਾ ਸਾਭ ਸੰਭਾਲ ਕਰਨ ਦਾ ਸਮਾਂ ਸਤਿਗੁਰ ਨੇ ਸਾਨੂੰ ਸਾਰਿਆਂ ਨੂੰ ਦੁਬਾਰਾ ਬਖਸ਼ਿਆ ਹੈ ਔਰ ਗੁਰੂ ਦੀ ਬਖਸ਼ਿਸ਼ ਦੇ ਨਾਲ ਸੰਗਤਾਂ ਦੀ ਅਸੀਸ ਦੇ ਨਾਲ ਆਪਾਂ ਹਰ ਸਾਲ ਚਾਰ ਵਾਰ ਉਹਨਾਂ ਗੁਰਦੁਆਰਿਆਂ ਦੇ ਦਰਸ਼ਨ ਕਰਨ ਜਾਂਦੇ ਆ ਗੁਰਮਤਿ ਸੇਵਾ ਯਾਤਰਾ ਜਿੱਥੇ ਨਾਲ ਜੁੜ ਕੇ ਔਰ ਉਸ ਯਾਤਰਾ ਦੀ ਗੱਲ ਹੀ ਆਪ ਸਭ ਦੇ ਸਾਹਮਣੇ ਕਰਨੀ ਹੈ ਇਹ ਗੱਲ ਕਰਨ ਦੇ ਲਈ ਦਾਸ ਰਣਜੀਤ ਸਿੰਘ ਰਾਣਾ ਤੇ ਮੇਰੇ ਨਾਲ ਜੁੜੇ ਨੇ ਪੰਥਜੀ ਬੜੀ ਮਾਇਨਾਜ ਹਸਤੀ ਹੈ ਜਾਣੀ ਪਿਸ਼ਾਣੀ ਸ਼ਖਸੀਅਤ ਹੈ ਗੁਰਮਤਿ ਦੇ ਪ੍ਰਚਾਰ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਯੂਰਪ ਦੇ ਵਿੱਚ ਵੀ ਯੂਕੇ ਦੇ ਵਿੱਚ ਵੀ ਤੇ ਦੁਨੀਆ ਦੇ ਹੋਰ ਖੇਤਿਆਂ ਦੇ ਵਿੱਚ ਵੀ ਮੇਰੀ ਮੁਰਾਦ ਹੈ ਭਾਈ ਸ਼ਤਰਾਮ ਸਿੰਘ ਜੀ ਮੋਦਨਾ ਇਟਲੀ ਵਾਲੇ ਜਿਨ੍ਹਾਂ ਨੇ ਯੂਰਪ 'ਚ ਵੀ ਗੁਰਸਿੱਖੀ ਦਾ ਬੜਾ ਪ੍ਰਚਾਰ ਕੀਤਾ ਅੱਜ ਇੰਗਲੈਂਡ ਦੀ ਧਰਤੀ 'ਚ ਨੇ ਇੱਥੇ ਵੀ ਗੁਰੂ ਘਰਾਂ ਦੇ ਅੰਦਰ ਸੇਵਾ ਸੇਵਾਵਾਂ ਕਰ ਰਹੇ ਨੇ ਕੀਤੁੰਦੀਆਂ ਵਖਿਆਨ ਦੀਆਂ ਪਰ ਨਾਲ ਨਾਲ ਆਪਣੀ ਕਿਰਤ ਵਿਰਤ ਵੀ ਕਰਦੇ ਨੇ ਉਹਨਾਂ ਦੀ ਆਮਦ ਨੂੰ ਜਿਵੇਂ ਆਖਦੇ ਆਂ ਫਤਿਹ ਸਾਂਝੀ ਕਰਦੇ ਆਂ ਭਾਈ ਸੋਨਮ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਗੱਲ ਹੋਰ ਸਾਂਝੀ ਕਰਤਾ ਜਾਵਾਂ ਕਿ ਜਿੱਥੇ ਗੁਰਮਤਿ ਸੇਵਾ ਸਾਲ ਦੇ ਵਿੱਚ ਚਾਰ ਵਾਰੀ ਦਰਸ਼ਨ ਦੁਦਾਰੇ ਕਰਨ ਜਾਂਦੀ ਏ ਉਹਨਾਂ ਗੁਰਧਾਮਾਂ ਦੇ ਜਿੱਨਾਂ ਗੁਰਧਾਮਾਂ ਨੂੰ ਗੁਰਦੁਆਰਿਆਂ ਨੂੰ ਪੰਥ ਨਾਲੋਂ ਵਿਛੋੜਿਆ ਗਿਆ ਨਨਕਾਣਾ ਸਾਹਿਬ ਪੰਜਾ ਸਾਹਿਬ ਕਰਤਾਰਪੁਰ ਸਾਹਿਬ ਸੱਚਾ ਸੌਦਾ ਲਾਹੌਰ ਦੇ ਗੁਰਦੁਆਰੇ ਗੁਰਦੁਆਰਾ ਡੇਰਾ ਸਾਹਿਬ ਗੁਰੂ ਰਾਮਦਾਸ ਦਾ ਜਨਮ ਸਥਾਨ ਐਮਰਨਾਬਾਦ ਪਈ ਲਾਲੋ ਜੀ ਦਾ ਘਰ ਗੁਰਦੁਆਰਾ ਰੋੜੀ ਸਾਹਿਬ ਗੁਰਦੁਆਰਾ ਬਾਬੀਕੀਬੀ ਸਿਆਲਕੋਟ ਔਰ ਮਾਤਾ ਸਹਿਬ कौर ਦਾ ਜਨਮ ਸਥਾਨ ਵੀ ਰੋਸਤਾਸ ਦੇ ਵਿੱਚੋਂ ਵੀ ਗੁਰਦੁਆਰਾ ਹੁਣ ਖੋਲ ਦਿੱਤਾ ਗਿਆ ਹੈ ਗੁਰਦੁਆਰਾ ਚੂਹਾ ਸਾਹਿਬ ਵੀ ਗੁਰਦੁਆਰਾ ਪੰਜਾ ਸਾਹਿਬ ਵੀ ਸੱਜ ਚਾਰ ਵਾਰੀ ਸੀ ਜਾਨਦੇ ਆ ਔਰ ਪੰਥ ਦੀਆਂ ਬਹੁਤ ਵੱਡੀਆਂ ਹਸਤੀਆਂ ਗੁਰਦੁਆਰਿਆਂ ਦੇ ਮੁਖ ਸੇਵਾਦਾਰ ਵੀ ਵੱਡੇ ਵਿਦਵਾਨ ਵੀ ਇਹ ਸਾਡੇ ਨਾਲ तकरीबन ਹਰ ਜਥੇ ਦੇ ਵਿੱਚ ਹੁੰਦੇ ਨੇ ਆ ਪਿਛਲੇ ਇੱਕ ਜਥਾ ਸੀ ਜਿਹਦੇ ਵਿੱਚ ਭਾਈ ਸਤਰਾਮ ਸਿੰਘ ਜੀ ਵੀ ਸਾਡੇ ਨਾਲ ਸਨ ਤਾਂ ਇਹਨਾਂ ਨੇ ਸਾਨੂੰ ਜਥੇ ਦੇ ਨਾਲ ਨਹੀਂ ਸਨ ਐਦਾਂ ਕਹਿਣਾ ਚਾਹੀਦਾ ਫਿਰ ਅਸੀਂ ਇਹਨਾਂ ਦੇ ਨਾਲ ਸੀ ਕਿਉਂਕਿ ਜਥੇ ਦੀ ਅਗਵਾਈ ਇਹਨਾਂ ਨੇ ਕੀਤੀ ਔਰ ਗੁਰਮਤ ਨਾਲ ਜੋੜ ਕੇ ਰੱਖਿਆ ਹਰ ਗੁਰਦਰਿੰਦਰ ਦਿਵਾਨ ਲਗਾ ਕੇ ਕੀਰਤਨ ਕੀਤਾ ਔਰ ਸੰਗਤਾਂ ਨੂੰ ਗੁਰ ਇਤਿਹਾਸ ਦੇ ਬਾਰੇ ਵੀ ਜਾਣੂ ਕਰਵਾਇਆ ਗੁਰਮਤਿ ਵਿਖਿਆਨ ਦੇ ਕੇ ਗੁਰਮਤਿ ਸਿਧਾਂਤਾਂ ਨਾਲ ਵੀ ਜੁੜਿਆ ਔਰ ਅੱਜ ਉਸ ਯਾਤਰਾ ਦੇ ਕੁਝ ਪੱਖ ਆਪ ਸਭ ਨਾਲ ਸਾਂਝੇ ਕਰਨ ਨੇ ਭਾਈ ਸਤਨਾਮ ਸਿੰਘ ਸਭ ਤੋਂ ਪਹਿਲੀ ਗੱਲ ਤੁਹਾਡਾ ਯਾਤਰਾ ਦਾ ਅਨੁਭਵ ਕਿੱਦਾਂ ਰਿਹਾ ਸੀ ਹਾਂਜੀ ਪਹਿਲੇ ਦੱਸਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਸੇ ਭੂਮਿਕਾ ਦਾ ਰਾਨਾ ਸਾਹਿਬ ਨੇ ਬਣ ਹੀ ਦਿੱਤੀ ਪਰ ਮੈਂ ਇੱਕ ਗੱਲ ਕਹਿੰਦਾ ਕਿ ਇਹ ਧੁਰ ਦਰਗਾਹ ਦੀਆਂ ਡਿਊਟੀਆਂ ਹੁੰਦੀਆਂ ਨੇ ਰਾਨਾ ਸਾਹਿਬ ਮੈਂ ਭਾਈ ਗੁਰਦਾਸ ਕੰਦੇ ਪੰਜ ਵਾਰ ਗੰਗਾ ਜਾਏ ਵਾਰ ਪੰਜ ਪ੍ਰਾਗਨਾਏ ਜੀ ਤੈਸਾ ਪੁੰਨ ਗੁਰਸੇ ਕੋ ਨਿਵਾਇ ਕਾ ਜਿਵਾਇ ਕਾ ਖਵਾਇ ਕਾ ਤੇ ਚਾਪਲੂ ਸਿਜਰੀ ਹੈ ਘਟਾਏ ਕਾ ਸੋ ਮੈਂ ਇਹ ਗੱਲ ਕਹਿਣਾ ਕਿ ਜਿੱਥੇ ਇੰਨਾ ਵੱਡਾ ਪੁੰਨ ਉੱਥੇ ਤੁਹਾਨੂੰ ਵੀ ਸਤਿਗੁਰ ਨੇ ਬਖਸ਼ਿਸ਼ ਕੀਤੀ ਹੈ ਕਿ ਜਿਹੜੀ ਗੁਰਧਾਮਾਂ ਦੀ ਯਾਤਰਾ ਅਗਵਾਈ ਤੁਹਾਡੇ ਉੱਤੇ ਰਹਿਮਤ ਹੋਈ ਹੈ ਸੋ ਇਹ ਬਹੁਤ ਵੱਡਾ ਉਪਰਾਲਾ ਹੈ ਕਿਉਂਕਿ ਸੇਵਾ ਸੰਭਾਲ ਜਿਹੜੀ ਹੈਗੀ ਹੈ ਵਿੱਚ ਸ਼ਬਦ ਤੁਸੀਂ ਵਰਤਿਆ ਹੈ ਮਨ ਜੇ ਬਹੁਤ ਜ਼ਰੂਰਤ ਹੈ ਸੋ ਇਹ ਜੋ 18 ਫਰ ਵੀ ਤੁਸੀਂ ਜਿਹੜਾ 매 ਸਾਲ ਦੇ ਚਾਰ ਪ੍ਰੋਗਰਾਮ ਤੁਸੀਂ ਕੀਤੇ ਹੈ ਜੀ ਹਾਂ ਤੇ ਇਹ ਜਿਹੜਾ ਪਹਿਲਾ ਹੈ ਇਸ ਸਾਲ ਦਾ ਜਿਹੜਾ ਹੁਣ 2023 ਚ ਇਹ ਪਹਿਲਾ ਹੋਣਾ ਹੈ ਸੋ ਬਿਲਕੁਲ ਇਹ ਦਰਸਕੋਪੀ 10 April ਦੇ ਵਿੱਚ ਗਿਆ ਸੀ ਵਿਸਾਖੀ ਆਪਾਂ ਉੱਥੇ ਕੀਤੀ ਸੀ ਵਿਸਾਖੀ ਉੱਥੇ ਕੀਤੀ ਸੀ ਸੋ ਬਿਲਕੁਲ ਬਿਲਕੁਲ ਇਸ ਚ ਕੋਈ ਸ਼ੱਕ ਨਹੀਂ ਕਿ ਗੁਰਨਾਨਕ ਪਾਤਸ਼ਾਹ ਦਾ ਜਿਹੜਾ ਆਪਾਂ ਇਤਿਹਾਸ ਬੜਦੇ ਹਾਂ ਤੇ ਜਿੱਥੇ-ਜਿੱਥੇ ਵੀ ਗੁਰਨਾਨਕ ਪਾਤਸ਼ਾਹ ਗਏ ਨੇ ਉੱਥੇ-ਉੱਥੇ ਜਦੋਂ ਵਿਚਾਰਾਂ ਹੋਈਆਂ ਤੇ ਸੰਗਤ ਉੱਥੇ ਦੀ ਕਹਿਣ ਲੱਗੀ ਜਾਂ ਤੇ ਗੁਰਨਾਨਕ ਪਾਤਸ਼ਾਹ ਨੇ ਇੱਕ ਬਚਨ ਕਰਦੇ ਸੀ ਜਾਂ ਤੇ ਇੱਥੇ ਰਹਿ ਜਾਓ ਜਾਂ ਸਾਨੂੰ ਵੀ ਲੈ ਜਾਓ। ਕੀ ਹੋਆ? ਇਹੀ ਗੱਲ ਸੀ। ਇਹ ਇਹੀ ਗੱਲ ਸੀ। ਸੰਗਤਾਂ ਦੀ ਇਹ ਵਾਰ ਵੀ ਜਾਂ ਤੇ ਇੱਥੇ ਰਹੋ ਜਾਂ ਸਾਨੂੰ ਵੀ ਨਾਲ ਲੈ ਜਾਓ। ਸੋ ਪਹਿਲੇ ਦਰਸ ਕੋ ਦਸ ਅਪ੍ਰੈਲ ਦੇ ਵਿੱਚ ਗਿਆ ਸੀ ਬਿਲਕੁਲ ਕੋਈ ਸ਼ੱਕ ਨਹੀਂ ਕਿ ਉਹ ਗੁਰਧਾਮ ਸਾਡੇ ਜਿਹੜੇ ਸਾਡੇ ਤੋਂ ਵਿਛੋੜਾ ਪੈ ਗਿਆ। ਇੱਥੇ ਕੋਈ ਸ਼ੱਕ ਨਹੀਂ ਕਿ ਬਾਰ-ਬਾਰ ਜਾਣ ਨੂੰ ਦਿਲ ਕਰਦਾ। ਮੈਂ ਰਾਣਾ ਸਾਹਿਬ ਨਾਲ ਹੋਰ ਗੱਲ ਕਰਦਾ ਪਿਆ ਸੀ ਕਿ ਪਹਿਲੀ ਵਾਰ ਹੀ ਗਏ ਆ ਤੇ ਦੇਖਣ ਦੀ ਕਾਹਲੀ ਸੀ ਵੀ ਬਾਈ ਗੁਰਦੁਆਰੇ ਆਪਾਂ ਘੁੰਮੇ ਨੇ ਹਾਂਜੀ ਹਾਂਜੀ ਤੇ ਦੇਖਣ ਦੀ ਕਾਲੀ ਸੀ ਫੀਲਿੰਗ ਦੀ ਲੈ ਹੋਇ ਉਹ ਲੈ ਹੋਈ ਸੀ ਕਿਉਂਕਿ ਤੇ ਬਹਿ ਕੇ ਫੀਲਿੰਗ ਲੈ ਲਈ ਕਿਉਂਕਿ ਪਹਿਲੇ ਸਟੇਪ ਦੇ ਵਿੱਚ ਕੁਦਰਤੀ ਇਹ ਗੱਲ ਹੋਣੀ ਸੀ ਕਿ ਹਰ ਗੁਰਦੁਆਰੇ ਨੂੰ ਦੇਖਣ ਦੀ ਕਾਲੀ ਸੀ ਜੀ ਸੋ ਰਾਣਾ ਸਾਹਿਬ ਆਪਾਂ ਗਏ ਆ ਸਾਰੇ ਤੇ ਵੇਖਣ ਦੀ ਕਾਲੀ ਦੇ ਵਿੱਚ ਜਦੋਂ ਘਰ ਵਾਪਸ ਆਏ ਆ ਤੇ ਜਿਹੜੀ ਫੀਲਿੰਗ ਜਿਹੜੀ ਮਹਿਸੂਸ ਹੋਈ ਹੈ ਉਹ ਤੇ ਫੀਲਿੰਗ ਦੀ ਲੈ ਹੋਈ ਦੁਬਾਰਾ ਫਿਰ ਆਪਾਂ ਰਾਣਾ ਸਾਹਿਬ ਦੇ ਨਾਲ ਬਿਲਕੁਲ ਤਿਆਰੀ ਕੱਸੀ ਹੋਈ ਤਿਆਰੀਆਂ ਉਹਦੀਆਂ ਕਰ ਬੈਠੇ ਹਾਂ ਹਾਂਜੀ ਫਿਰ ਕੱਸੀ ਹੋਈ ਹਾਂਜੀ ਸੋ ਪਿਆਰੇ ਦਰਸ਼ਕੋ ਬਹੁਤ ਜ਼ਰੂਰੀ ਹੈ ਵੈਸੇ ਰਾਣਾ ਸਾਹਿਬ ਸਾਤ ਗੁਰ ਦੀ ਬਾਣੀ ਕਹਿੰਦੀ ਹੈ ਜਦ ਲਗ ਜਰਾ ਜਬ ਲਗ ਕਾਲ ਗਰਸੀ ਨਹੀਂ ਕਾਇਆ ਜਬ ਲਗ ਬਿਕਲ ਭਈ ਨਹੀਂ ਬਾਣੀ ਭਜ ਲੈ ਰੇ ਮਨ ਸਾਰੰਗ ਪਾਣੀ ਕੀ ਬਾਤ ਕਿਉਂਕਿ ਨਾਮ ਜਪਣ ਦਾ ਵੀ ਲਿਮਟ ਸਮਾਂ ਦੱਸਿਆ ਮਾਰਾ ਨੇ ਵੀ ਇਹ ਤਾਂ ਬਾਤ ਕੋ ਜਪਿਆ ਨਹੀਂ ਜਾਣਾ ਨਾਮ ਜੀ ਕੋਈ ਹੈ ਨਾ ਉਹ ਤਿੰਨ ਅਵਸਥਾ ਬਣਦੀਆਂ ਨੇ ਤੇਰੀਆਂ ਹੈ ਨਾ ਜਬ ਲਗ ਜਰਾ ਰੋਗ ਬढ़ापे ਨੂੰ ਜਰਾ ਦਾ ਰੋਗ ਕਿਆ ਨਾ ਤੇ ਬਿਕਲ ਭਈ ਨਹੀਂ ਬਾਣੀ ਵੀ ਜ਼ਬਾਨ ਵੀ ਸਥਲੋਣੀ ਬੰਦੇ ਦੀ ਹੈ ਨਾ ਤੇਰੇ ਸਰੀਰ ਨੂੰ ਸਮੇਂ ਨੇ ਖਾਣਾ ਵੀ ਆਕਾਲ ਨੇ ਖਾਣਾ ਵੀ ਆਇਆ ਤੇ ਇਹ ਜਿਹਦਾ ਸਤਗੁਰਦੀ ਬਾਣੀ ਕਹਿੰਦੀ ਹੈ 60 ਸਾਲ ਦੀ ਉਮਰ ਜਿਹੜੀ ਹੈਗੀ ਆ ਹੈ ਸੱਚੀ ਦਾ ਬਢੇਪਾ ਮੰਨਿਆ ਸਤਗੁਰਾਂ ਜੀ ਹਾਂ ਸੋ ਮੈਂ ਆ ਪਿਆਰੇ ਦਰਸ਼ਕੋ ਮੈਂ ਬੇਨਤੀ ਕਰਾਂ ਕਿ ਇਹ ਜਿਵੇਂ ਨਾਮ ਜਪਣ ਦਾ ਵੀ ਸਮਾਂ ਆ ਬ ਕੋਗੇ ਬਢੇਪੇ ਦੇ ਜਪਲਾ ਮੈਂ ਨਹੀਂ ਜਪਿਆ ਜਾਣਾ ਬਾਣੀ ਨੇ ਫੈਸਲਾ ਕਰ ਦਿੱਤਾ ਤੇ ਇਹ ਜਿਹੜੀ ਗੁਰਧਾਮਾਂ ਦੀ ਯਾਤਰਾ ਹੈਗੀ ਹੈ ਇਹ ਵੀ ਸਮੇਂ ਨਾਲ ਆਪਾਂ ਕਰ ਲਈਏ ਜੀ ਜਦ ਤੱਕ ਹੱਡ ਪਰ ਚੱਲਦੇ ਉਹ ਤੱਕ ਹੀ ਹੋਣੀ ਆ ਬਿਲਕੁਲ ਕਰ ਲਈ ਜਦੋਂ ਤੁਸੀਂ ਮੰਜੇ ਤੇ ਬੈਠ ਗਏ ਹਾਂਜੀ ਹਾਂਜੀ ਇਹ ਸਜੱਸ ਨਹੀਂ ਕਰਦਾ ਸਤਿਗੁਰੂ ਬਿਲਕੁਲ ਕਿਉਂਕਿ ਬਿਮਾਰੀਆਂ ਦਾ ਜਿਆਦਾ ਬੋਲਵਾਲ ਹੋ ਗਿਆ ਕੁਝ ਖਾਨ-ਪਾਨ ਬਦਲ ਗਏ ਨੇ ਜੀ ਔਰ ਜਿਹੜੀ ਅਸੀਂ ਅਸੀਂ ਦਿਨੋਂ ਦਿਨ ਜਵਾਨਤਾ ਨਹੀਂ ਹੋਣਾ ਕਮਜ਼ੁਰਗੀ ਹੋਣਾ ਬਿਲਕੁਲ ਬਿਲਕੁਲ ਸੋ ਇਹਦਾ ਸਮਾਂ ਆ ਪਿਆਰੇ ਦਰਸ਼ਕੋ ਵੀ ਇਹ ਜਿਹੜਾ 18 ਫਰਵਰੀ ਤੋਂ ਸ਼ੁਰੂ ਕਰਨ ਲੱਗੇ ਆ ਸਾਲ ਦਾ ਪਹਿਲਾ ਜਿਹੜੀ ਯਾਤਰਾ ਰਾਣਾ ਸਾਹਿਬ ਲੈ ਕੇ ਚੱਲੇ ਨੇ ਸੋ ਜਿਨ੍ਹਾਂ ਨੇ ਨਹੀਂ ਦਰਸ਼ਨ ਕੀਤੇ ਵੈਸੇ ਡਰਨ ਦੀ ਲੋੜ ਕੋਈ ਨਹੀਂ ਜਿੰਨੇ ਸਾਡੇ ਬਜ਼ੁਰਗ ਨੇ ਜ਼ਿਆਦਾ ਉਹੀ ਜਾਣਦੇ ਨੇ ਤੇ ਜੰਗ ਪੀੜੀ ਨੂੰ ਵੀ ਜਾਣਨਾ ਚਾਹੀਦਾ ਜੀ ਬਿਲਕੁਲ ਓਏ ਇੱਕ ਚੀ ਹੋਰ ਬਹੁਤ ਵਧੀਆ ਹੈ ਕਿ ਜਿਹੜੀ ਰਾਣਾ ਸਾਹਿਬ ਜੀ ਗਏ ਆ ਜਿਹੜਾ ਹੋਟਲ ਲੈਗਜ਼ਰੀ ਹੋਟਲ ਹੈ ਕਿਉਂਕਿ ਕੁਦਰਤੀ ਗੱਲ ਹੈ ਜਦੋਂ ਬੰਦੇ ਨੇ ਯਾਤਰਾ ਕਰਕੇ ਆਉਣਾ ਤੇ ਥਕਾਵਟ ਵੀ ਸ਼ਾਮਨ ਹੋਣੀ ਹੈ ਉੱਥੇ ਆ ਕੇ ਸਾਰੀ ਥਕਾਵਟ ਲੈ ਜਾਂਦੀ ਬੰਦੇ ਦੀ ਕਿਉਂਕਿ ਹੋਟਲ ਬਹੁਤ ਸੋਹਣਾ ਪ੍ਰਬੰਧ ਬੜਾ ਵਧੀਆ ਆ ਹੋਟਲ ਦੇ ਵਿੱਚ ਦੇਖੋ ਸਟੀਮ ਬਾਥ ਸੁੰਨਾ ਬਾਥ ਜਿਮ ਉਸਾਰਾ ਕੁਝ ਫ੍ਰੀ ਹੁੰਦਾ ਵਿੱਚ ਸਾਰਾ ਕੁਝ ਤੇ ਬੰਦਾ ਜਦੋਂ ਆ ਕੇ ਇੱਕ ਸਟੀਮ ਬਾਥ ਦੇ ਵਿੱਚ ਬੈਠ ਜਾਂਦਾ ਉਹ ਸਾਰੀ ਥਕਾਵਟ ਜਾਂਦੀ ਲੱਗਦੀ ਹੈ ਇੱਕ ਚੀਜ਼ ਹੋਰ ਹੈ ਇਹ ਟੂਰ ਦੇ ਵਿੱਚ ਮੈਨੂੰ ਚੰਗੀ ਲੱਗੀ ਰਾਣਾ ਸਾਹਿਬ ਕਿ ਜਿਹੜਾ ਹੋਟਲ ਦੇ ਵਿੱਚ ਪਹਿਲੇ ਦਰਸ਼ਕੋ ਵੀ ਇਹ ਨਹੀਂ ਗੱਲ ਹੈ ਕਿ ਜਿੱਦਾਂ ਦਾ ਤੁਸੀਂ ਰੋਟੀ ਖਾਣੀ ਚਾਹੁੰਦੇ ਹੋ ਉਦਾਂ ਦੀ ਮਿਲਦੀ ਉੱਥੇ ਜੀ ਉਹਨਾਂ ਨੂੰ ਜਿੱਦਾਂ ਦੀ ਡਿਮਾਂਡ ਕਰ ਦੋ ਜੇ ਪਰੌਂਡਾ ਖਾਣਾ ਪਰੌਂਡਾ ਖਾ ਲੋ ਇਹ ਵੀ ਕੋ ਕੰਪਲਸਰੀ ਨਹੀਂ ਹੈ ਕਈ ਵਾਰੀ ਬੰਦਾ ਸੋਚ ਲੈਂਦਾ ਹੋਟਲਾਂ ਵਿੱਚ ਐਸੀ ਚੀਜ਼ ਚੱਲਦੀ ਬਿਲਕੁਲ ਨਹੀਂ ਹੈਗੀ ਸਾਡੀ ਰੋਟੀ ਵੀ ਸੈਪਰੇਟ ਸੀ ਆਮ ਜਿਹੜੇ ਵੈਜੀਟੇਰੀਅਨ ਵੈਜੀਟੇਰੀਅਨ ਥੱਲੇ ਆਮ ਪਬਲਿਕ ਦਾ ਸੀ ਉੱਪਰ ਸਾਡਾ ਬਹੁਤ ਬਹੁਤ ਵਧੀਆ ਪ੍ਰਬੰਧ ਸੀ ਰੌਣਾ ਸਾਹਿਬ ਅੱਜ ਮੈਂ ਬਿਲਕੁਲ ਇੱਕ ਗੱਲ ਸਾਂਝੀ ਕਰ ਲਵਾਂ ਅਸੀਂ ਇਹ ਜਿੱਦਾਂ ਵੈਡਿੰਗ ਹਾਲ ਹੁੰਦੇ ਆ ਹੋਟਲਾਂ ਦੇ ਅੰਦਰ ਵੱਡੇ ਹੋਟਲ ਦੇ ਅੰਦਰ ਅਸੀਂ ਇੱਕ ਵੈਡਿੰਗ ਹਾਲ ਵਾਂਗੂ ਹਾਲ ਬਿਲਕੁਲ ਬੁੱਕ ਹੁੰਦਾ ਸਾਡਾ ਉਹਦੇ ਵਿੱਚ ਸਾਡਾ ਵੈਜੀ ਤੇਰੀਆਂ ਜਿਹੜਾ ਭੋਜਨ ਜਿਹੜਾ ਫ੍ਰੀ ਹੁੰਦਾ ਔਰ ਸ਼ਾਮ ਨੂੰ ਅਸੀਂ ਉਸ ਉਹਦੇ ਮਾਈਕ ਲਾ ਕੇ ਬਕਾਇਦਾ ਇੱਕ ਦੂਜੇ ਦੀ ਫੀਲਿੰਗਸ ਸਾਰੀ ਪੁੱਛਦੇ ਆ ਕੀ ਤੁਸੀਂ ਕੀਤਾ ਇੱਕ ਦੂਜੇ ਨੂੰ ਸਬੂਤਨ ਵੀ ਕਰਦੇ ਆ ਜੇ ਕੋਈ ਕਿਸੇ ਦੀ ਕੋਈ ਕਵਿਤੀ ਹੋਈ ਉਹ ਵੀ ਪੁੱਛ ਲਈਦੀ ਆ ਕੋਈ ਕਵਤਾ ਸੁਣਾਉਣੀ ਚਾਹੁੰਦਾ ਉਹ ਵੀ ਸੁਣ ਲਈਦੀ ਕੋਈ ਗੁਰੂ ਦਾ ਜਸ ਕਰਨਾ ਚਾਹੁੰਦਾ ਉਹ ਵੀ ਸੁਣ ਲਈਦਾ ਆ ਤੇ ਜੇ ਕਿਸੇ ਦੀ ਕੋਈ ਸ਼ਿਕਾਇਤ ਹੋਵੇ ਉਹ ਵੀ ਸੁਣ ਲਈ ਦੀ ਉੱਥੇ ਸਾਰੇ ਸੰਝ ਦੇ ਦਰਸ਼ਕੋ ਬਹੁਤ ਵਧੀਆ ਜਿੱਥੇ ਯਾਤਰਾ ਦਾ ਮਜਾ ਹੁੰਦਾ ਦਿਨੇ ਦਿਨੇ ਆਪਾਂ ਕਰਕੇ ਯਾਤਰਾ ਹੁੰਨੇ ਦਾ ਜਦੋਂ ਉਹ ਤੇ ਮਜਾ ਆਉਣਾ ਹੀ ਹੈ ਜਦੋਂ ਸ਼ਾਮ ਨੂੰ ਆ ਕੇ ਇਕੱਠੇ ਹੋ ਕੇ ਆਪਾਂ ਸਾਰੇ ਜਿਮ ਸੋਨਾ ਬਾਥ ਲੈ ਆ ਕੇ ਮ사ਜ ਵਗਾਰ ਲੈ ਕੇ ਥੱਲੇ ਰੋਟੀ ਖਾਣ ਉਹਨੇ ਉਹ ਨਜ਼ਾਰਾ ਉਹ ਤੋਂ ਵੀ ਵਧੀਆ ਜੋ ਸਾਰੇ ਇਕੱਠੇ ਹੋ ਕੇ ਆਪਾਂ ਬੈੰਨੇ ਹਾਲ ਦੇ ਵਿੱਚ ਜੋ ਦਾਣਾ ਸਾਹਮਣੇ ਕਿਹਾ ਇਦਾਂ ਕਿ ਕੋਈ ਮਾਈਕ ਦੇ ਉੱਤੇ ਮਾਈਕ ਲੱਗੇ ਨੇ ਸਟੈਂਡ ਲੱਗੇ ਨੇ ਜੋ ਕਪਤਾ ਗਾਉਣੀ ਚਾਹੁੰਦਾ ਹੋ ਕਪਤਾ ਗਾਵੇ ਇਦਾਂ ਕਿ ਆਪਾਂ ਬਰਥਡੇ ਵੀ ਆ ਬਰਥਡੇ ਵੀ ਮਨਾਇਆ ਸੀ ਬਰਥਡੇ ਮਨਾਇਆ ਜੀ ਓਂਕਾਰ ਸਿੰਘ ਦਾ ਜੀ ਆ ਬਰਥਡੇ ਉੱਥੇ ਮਨਾਇਆ ਸੀ ਓਂਕਾਰ ਸਿੰਘ ਬਾਜ ਜੀ ਉਹ ਤੋਂ ਵੀ ਵਧੀਆ ਲੱਗਦਾ ਜੀ ਉਹ ਵਧੀਆ ਸੀਗਾ ਹੋਰ ਵੀ ਇੱਕ ਦੀ ਸਾਡੇ ਸੱਜਣ ਸੀਗੇ ਹਾਂਜੀ ਉਹਨਾਂ ਦੀ ਵਿਡਿੰਗ ਅਨਿਵਰਸਰੀ ਆਈ ਸੀ ਵਾਹ ਉਹ ਵੀ ਬਣਾਈ ਸੀਗੀ ਹਰ ਵਾਰੀ ਕੋਈ ਨਾ ਕੋਈ ਵੱਖਰਾ ਹੁੰਦਾ ਸਤੰਬਰ ਦੇ ਵਿੱਚ ਵਿਡਿੰਗ ਅਨਿਵਰਸਰੀ ਸੀਗੀ ਉਹ ਬਣਾ ਹੋਈ ਇੱਕ ਦਾ ਬਰਥਡੇ ਸੀ ਉਹ ਬਣਾ ਹੋਇਆ ਇਹ ਆਇੜਾ ਨਵੰਬਰ ਗਿਆ ਇਹਦੇ ਚ ਮੇਰੇ ਕਾਕੇ ਦਾ ਬਰਥਡੇ ਸੀਗਾ ਔਰ ਬਹੁਤ ਵੱਡੇ ਪੱਦਰ ਦੇ رائے ਬਲਾਰ ਜੀ ਦੀ ਹਵੇਲੀ ਚ ਮਨਾ ਹੋਇਆ ਉਸ ਦਿਨ ਕੁਦਰਤੀ ਉੱਥੇ ਸੀ ਇਕੱਠੇ ਸੀਗੇ ਔਰ ਪਾਕਿਸਤਾਨ ਦਾ ਬਹੁਤ ਵੱਡਾ ਸੂਫੀ ਗਰੁੱਪ ਹੈ ਬਾਬਾ ਗਰੁੱਪ ਮਿਲੀਅਨ ਮਿਲੀਅਨ ਲੋਕਾਂ ਦੇ ਪਸੰਦ ਹੈਗੇ ਆ ਜਿਹੜੇ ਫਾਲੋਅਰ ਤੇ ਉਹਨਾਂ ਦੇ ਉਹਨਾਂ ਨੇ ਲਿਆ ਕੇ ਉੱਥੇ ਗੁਰਨਾਨਕ ਦੇ ਵੇੜੇ ਜੀਆਂ ਆਉਣ ਗੁਰਨਾਨਕ ਦੇ ਵੇੜੇ ਜਾਨਕੋ ਉਹ ਰਾਇ ਬਲਾਰ ਦੀ ਹਵੇਲੀ ਜਿਹੜੀ ਗੁਰਨਾਨਕ ਉੱਥੇ ਆ ਕੇ ਕਦੀ ਬੈਠੀ ਵੀ ਹੋਣਗੇ ਛੁੱਟੇ ਹੁੰਦੇ ਆ ਉਹਨਾਂ ਦੇ ਸ਼ਿਕਾਇਤਾਂ ਵੀ ਉੱਥੇ ਹੋਈਆਂ ਸ਼ਿਕਾਇਤਾਂ ਵੀ ਸੁਣੀਆਂ ਗਈਆਂ ਹੋਣਗੀਆਂ ਤੇ ਉਸ ਵੇੜੇ ਦੇ ਵਿੱਚ ਬੈਠ ਕੇ ਉਹ ਗੁਰਨਾਨਕ ਦੇ ਵੇੜੇ 'ਚ ਤੁਹਾਨੂੰ ਜੀਆਂ ਆਉਣ ਉਹਨਾਂ ਕਿਆ ਬਾਤ ਕਿਆ ਬਾਤ ਵਾਲੀ ਗੱਲ ਸੀ ਵੱਖਰੇ ਤਰ੍ਹਾਂ ਦਾ ਇੱਕ ਵੱਖਰਾ ਲਤਬ ਹੁੰਦਾ ਗੁਰਦਵਾਰੇ ਦਰਸ਼ਨ ਤਾਂ ਹੈ ਹੀ ਹਾਂਜੀ ਹਾਂਜੀ ਔਰ ਇਹ ਵੀ ਗੱਲ ਹੈਗੀ ਆ ਵੀ ਜਿੰਨੇ ਗੁਰਦਵਾਰੇ ਵੱਧ ਤੋਂ ਵੱਧ ਦਿਖਾਏ ਜਾ ਸਕਦੇ ਆ ਪਾਕਿਸਤਾਨੀ ਸਰਕਾਰ ਤੋਂ ਜਿੰਨਾਂ ਦੀ ਮਨਜ਼ੂਰੀ ਹੈਗੀ ਆ ਅਸੀਂ ਤਕਰੀਬਨ ਤਕਰੀਬਨ ਸਾਰੇ ਗੁਰਦਾਰੇ ਦਿਖਾਉਂਦੇ ਆ ਇੰਨਾ ਨਹੀਂ ਵੀ ਅੱਧੇ ਦਿਖਾਤੇ ਅੱਧੇ ਨਹੀਂ ਦਿਖਾਏ ਇਹ ਥੋੜੀ ਜੀ ਤੇਜ਼ ਜ਼ਰੂਰ ਜਿ세 ਨੂੰ ਮੈਂ ਬਣਾਵਾਇਆ ਥੋੜਾ ਜਿਹਾ ਵੀ ਆਪਾਂ ਗੁਰਦਵਾਰ ਦਰਸ਼ਨ ਕਰਨਾ ਹੈ ਦਰਸ਼ਨ ਜ਼ਰੂਰ ਕਰੀਏ ਤੇਕੇ ਦੇ ਬੈਠਣ ਨਾਲੋਂ ਬਿੱਤਰ ਹੈ ਰਾਤ ਨੂੰ ਜਾ ਕੇ ਆਰਾਮ ਕਰਾਂਗੇ ਪਰ ਦਿਨੀਆਂ ਆਪਾਂ ਗੁਰਦਾਰੇ ਦਰਸ਼ਨ ਕਰ ਲਈਏ ਸੋ ਅਸੀਂ ਆਮ ਤੌਰ ਤੇ ਉਹ 10 11 ਦਿਨ ਦਾ ਜਿਹੜਾ ਟੂਰ ਹੁੰਦਾ 10 11 ਦਿਨਾਂ ਚ 20 ਤੋਂ ਲੈ ਕੇ 25 ਗੁਰਦਾਰੇ 20 ਤੋਂ ਉੱਤੇ ਉੱਤੇ 25 ਗੁਰਦਾਰੇ ਦਰਸ਼ਨ ਕਰੀ ਦਿਆ ਕਿਲੇ ਦੇ ਦਰਸ਼ਨ ਕਰੀ ਦਿਆ ਸਿੱਖ ਮਿਊਜ਼ੀਅਮ ਦੇਖੀ ਦਿਆ ਉਹ ਸਾਰਾ ਕੁਝ ਇੱਕ ਚੀਜ਼ ਹੋਰ ਹੈ ਇੱਕ ਸਾਡੇ ਚਲੋ ਜਿਹੜੇ ਯੂਰੋਪੀਅਨ ਖਾਸ ਕਰਕੇ ਸਾਡੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਸਾਡੇ ਨਾਲ ਅੰਦਰ ਇੱਕ ਦਸਤ ਬਿਠਾ ਉਠਾ ਦਿੱਤੀ ਗਈ ਹੈ ਜੀ ਪਾਕਿਸਤਾਨ ਦੀ ਇੰਦੀ ਗੱਲ ਜਿੰਨੀ ਮੁਹੱਬਤ ਪਾਕਿਸਤਾਨ ਦੇ ਲੋਕ ਦਿੰਦੇ ਨੇ 에어ਪੋਰਟਾਂ ਦੇ ਉੱਤੇ ਵੀ ਜੀ ਜੀ ਖੁਸ਼ ਹਨ ਬਹੁਤ ਪਿਆਰ ਕਰਦੇ ਨੇ ਲੋਕ ਇੱਥੇ ਤੱਕ ਵੀ ਸਿਕਿਉਰਟੀ ਸੀ ਪੁਲਿਸ ਸੀ ਸਾਰੇ ਹੋਟਲ ਦੇ ਲੋਕ ਬੜਾ ਪਿਆਰ ਜੀ ਬਹੁਤ ਮੁਹੱਬਤ ਕਰਦੇ ਨੇ ਲੋਕ ਇੱਥੇ ਕੋਈ ਸ਼ੱਕ ਨਹੀਂ ਮੈਂ ਸਵਾਲ ਵੀ ਕੀਤਾ ਕਿ ਤੁਸੀਂ ਸਾਨੂੰ ਤੁਹਾਡੀ ਸੁਭਾਅ ਹੀ ਹੈ ਮੁਹੱਬਤ ਕਰਨਾ ਜਾਂ ਤੁਸੀਂ ਆਹ ਨੂੰ ਸਪੈਸ਼ਲ ਕਰਕੇ ਕਹਿੰਦੇ ਨਹੀਂ ਇੱਥੇ ਤਕਰੀਬਨ ਕਹਿੰਦੇ ਵੀ ਪੱਗਲ ਇਹਨੂੰ ਪੱਗਲ ਦੇ ਦੀ ਪੱਗਲ ਨੂੰ ਬਹੁਤ ਮੁਹੱਬਤ ਕਰਦੇ ਕੋਈ ਸ਼ੱਕ ਨਹੀਂ ਇਹਨਾਂ ਵੋਟਾਂ ਦੇ ਉੱਤੇ ਉਹ ਕਹਿੰਦੇ ਤੁਸੀਂ ਕਦੀ ਇਸ ਧਰਤੀ ਦੇ ਮਹਾਰਾਜੇ ਸੀ ਬਿਲਕੁਲ ਬਿਲਕੁਲ ਇਦਾਂ ਪਿਆਰ ਕਰਦੇ ਜੀ ਬਹੁਤ ਜੀ ਔਰ ਹਾਂਜੀ ਹਾਂਜੀ ਪਿਆਰੇ ਦਰਸ਼ਕੋ ਚਲੋ ਆਪਾਂ ਜਿਹੜੇ ਇਸ ਯਾਤਰਾ ਤੋਂ ਬੰਝੇ ਨੇ ਸਾਡਾ ਫਰਜ਼ ਵੀ ਬੰਦਾ ਰਾਨਾ ਸਾਹਿਬ ਕੋਈ ਅਰਦਾਸ ਵਿੱਚ ਆਪਾਂ ਕਹਿੰਦੇ ਹਾਂ ਜਿਹਨਾਂ ਪੰਤ ਨੂੰ ਬਿਛੋੜਿਆ ਖੁੱਲੇ ਦਰਸ਼ਿੰਦਾਰੇ ਤੂੰ ਮਨਾਈ ਕਿਹਦੀ ਹੈ ਗੁਰਮੁਖ ਪਿਆਰੋ ਜਦੋਂ ਸਭ ਕੁਝ ਠੀਕ ਹੈ ਵਿਦੇਸ਼ਾਂ ਦੇ ਵਿੱਚ ਆਪਾਂ ਹਨਾ ਤੇ ਫਿਰ ਮਨਾਈ ਵੀ ਕਿਸ ਗੱਲ ਦੀ ਹੈਗੀ ਆ ਬਹੁਤ ਤਾਦ ਵਿੱਚ ਜਿਹੜੀ ਚੀਜ਼ ਹੁੰਦੀ ਨਾ ਉਹਦੀ ਜਿਹੜੀ ਚੀਜ਼ ਜ਼ਿਆਦਾ ਮਿਲ ਜਾਵੇ ਹਨਾ ਉਹਦੀ ਇੱਜ਼ਤ ਘੱਟ ਦੀ ਹੈ ਜਿਹੜੀ ਚੀਜ਼ ਘੱਟ ਹੋਵੇ ਹਮਮ ਔਰ ਸੈਸਨਲ ਮਿਲੇ ਥੋੜਾ ਉਹਦੀ ਇੱਜ਼ਤ ਜ਼ਿਆਦਾ ਹੁੰਦੀ ਹੈ ਇਹ ਵੀ ਇੱਕ ਬਖਰਾ ਗੁਰੂ ਨਾਨਕ ਪਾਤਸ਼ਾਹ ਗੁਰੂ ਨਾਨਕ ਦੇ ਘਰ ਤੋਂ ਸਾਨੂੰ ਬਖਰੇ ਨਾਂ ਦੇ ਮਿਲਿਆ ਕਿ ਜਿਹੜੀ ਬਹੁਤੀ ਮਕਤਾਰ ਚ ਨਹੀਂ ਹੈ ਇਦਾਂ ਮਿਲੇਗੀ ਤੇ ਬੜੀ ਇਹਦਾ ਆਨੰਦ ਵੱਖਰਾ ਹੀ ਹੋਵੇਗਾ ਜੀ ਬਹੁਤ ਆਤ ਵਿੱਚ ਜੀ ਮਿਲਣ ਦੀ ਇੱਜ਼ਤ ਕਰਦੀ ਹੁੰਦੀ ਸੀ ਸੋ ਇਹ ਵੀ ਇੱਕ ਆਨੰਦ ਵੱਖਰਾ ਹੀ ਹੈ ਜੀ ਸਾਰਿਆਂ ਦੇ ਅੰਦਰ ਸੋ ਪਾਕਿਸਤਾਨ ਦੇ ਗੁਰਦਾਰਾਂ ਲਈ ਤੁਸੀਂ ਗਰੁੱਪ ਦੇ ਵਿੱਚ ਹੀ ਜਾ ਸਕਦੇ ਹੋ ਔਰ ਗਰੁੱਪ ਵਿੱਚ ਹੀ ਜਾਣਾ ਚਾਹੀਦਾ ਗਰੁੱਪ ਵਿੱਚ ਜਾਣਾ ਚਾਹੀਦਾ ਇਹ ਪਰਿਵਾਰਾਂ ਦੇ ਸਮੇਤ ਵੀ ਜਾਣਾ ਚਾਹੀਦਾ ਪਰਿਵਾਰਾਂ ਨੂੰ ਨਾਲ ਲੈ ਕੇ ਸੱਜਣਾ ਮਿੱਤਰਾਂ ਨੂੰ ਜਾਣਾ ਚਾਹੀਦਾ ਔਰ ਅਸੀਂ ਗੁਰਮਤਿ ਸੇਵਾ ਦੇ ਵੱਲੋਂ ਸਾਲ ਵਿੱਚ ਚਾਰ ਵਾਰੀ ਜਥਾ ਲਈ ਜਾਂਦੇ ਆ ਵਾਹ 1 ਫਰਵਰੀ ਜੀ ਜਿਹੜਾ ਹੁਣ ਜਾ ਰਿਹਾ 18 ਤੋਂ 28 ਫਰਵਰੀ 28 ਫਰਵਰੀ ਉਸ ਤੋਂ ਬਾਅਦ ਫੇਰ ਅਪ੍ਰੈਲ ਚ ਵਿਸਾਖੀ ਦੀ ਵੇਸੀ ਉੱਥੇ ਪੰਜਾ ਸਾਹਿਬ ਜਾ ਕੇ ਵਿਸਾਖੀ ਮਨਾਈਦੀ ਆ ਇਹ 18 ਤੋਂ 28 ਅਪ੍ਰੈਲ ਵਾਲਾ ਇਹ ਸਾਕਾ ਨਨਕਾਣਾ ਸਾਹਿਬ ਜਾ ਕੇ ਮਨਾਉਣਾ ਆ ਅਸੀਂ 19 ਨੂੰ ਉੱਥੇ ਪਹੁੰਚਣਾ ਤੇ 19 ਨੂੰ ਹੀ ਅਖੰਡ ਪਾਠ ਸ਼ੁਰੂ ਕਰਨਾ ਚਾਹੇ ਨਨਕਾਣਾ ਸਾਹਿਬ ਅਖੰਡ ਪਾਠ ਸ਼ੁਰੂ ਵੀ ਜਾ ਕੇ ਕਰਾਂਗੇ ਆਪਾਂ ਸਵੇਰ ਦਾ ਅੰਮ੍ਰਿਤ ਵੇਲਾ ਸੰਭਾਲਾਂਗੇ ਉਸ ਦਿਨ ਸਵੇਰੇ ਤੜਕੇ ਪਹੁੰਚਣਾ ਆ ਸਵੇਰ ਦਾ ਅੰਮ੍ਰਿਤ ਵੇਲਾ ਸੰਭਾਲਾਂਗੇ ਅਖੰਡ ਪਾਠ ਸ਼ੁਰੂ ਕਰਾਂਗੇ ਸਾਰੀ ਦਿਹਾੜੀ ਬੈਠਾਂਗੇ ਉੱ 21 ਤਰੀਕ ਨੂੰ ਫੇਰ ਭੋਗ ਪਾਏ ਜਾਣਗੇ 21 ਫਰਵਰੀ ਨੂੰ ਫੇਰ ਉੱਥੇ ਆਵਾਂਗੇ ਦੀਵਾਨ ਸਜੇਗਾ ਸੋ ਦੋ ਦਿਨ ਨਨਕਾਣਾ ਸਾਹਿਬ ਚ 19 ਤੱਕ ਨੂੰ ਰਹਿਾਂਗੇ ਸਾਰੇ ਗੁਰਦਾਰੇ ਦਰਸ਼ਨ ਕੀਤੇ ਜਾਣਗੇ ਇਹ ਹੋ ਗਿਆ ਬਾਕੀ ਗੁਰਦਰਾ ਸੱਚਾ ਸੌਦਾ ਉਹ ਦੇਖਣ ਜਾਵਾਂਗੇ ਲਾਹੌਰ ਦੇ ਵਿੱਚ ਜਿਹੜੇ ਗੁਰਦੁਆਰੇ ਆ ਗੁਰੂ ਸਾਹਿਬਾ ਦੀ ਯਾਦ ਆਲੇ ਗੁਰਦਰਾ ਡੇਰਾ ਸਾਹਿਬ ਗੁਰੂ ਅਰਜਨ ਦੇਵ ਜੀ ਦੀ ਸ਼ਤਾਨ ਹੋ ਗਿਆ ਗੁਰੂ ਆਮਦਾਸ ਦਾ ਜਨਮ ਸਥਾਨ ਹੋ ਗਿਆ ਬੀਬੇ ਨਾਨਕੀ ਦਾ ਜਨਮ ਸਥਾਨ ਹੋ ਗਿਆ ਸ਼ਹੀ ਸਿੰਘਗ니아 ਗੁਰਦੁਆਰਾ ਹੋ ਗਿਆ ਇਹ ਗੁਰੂ ਹਰਗੋਬਿੰਦ ਸਾਹਿਬ ਵਾਲਾ ਗੁਰਦਰਾ ਹੋ ਗਿਆ ਬੀਬੀ ਕੌਲਾਂ ਵਾਲਾ ਹਾਂਜੀ ਇਹ ਸਾਰੇ ਗੁਰਦੁਆਰੇ ਜਿਹੜੇ ਆ ਸਾਈ ਮੀਆਂ ਮੀਰ ਉਹਦਾ ਵੀ ਮਜ਼ਾਰ ਉੱਥੇ ਆ ਗੁਰੂ ਕਰਨਾ ਉਹਦੀ ਇੱਕ ਤਰ੍ਹਾਂ ਦੀ ਸਾਂਝੀ ਹਰਮੰਦਰ ਸਾਹਿਬ ਦੀ ਨੀ ਰੱਖੀ ਸੀ ਉਹ ਰਾਣਾ ਸਾਹਿਬ ਉਹ ਮੈਂਸ਼ਨ ਕਰ ਦਵਾ ਗੱਲ ਵੀ ਇਹ ਜਿਹੜਾ ਪ੍ਰਬੰਧ ਹੈ ਕਾਗਜ਼ਾਂ ਪੱਤਲਾਂ ਦਾ ਡਾਕੂਮੈਂਟ ਦਾ ਇਹ ਵੀ ਇੱਕ ਸਾ ਜਿਹੜੇ ਲੋਕ ਨਹੀਂ ਗਏ ਜਾਂ ਭਰਮ ਦੇ ਵਿੱਚ ਨੇ ਪਿਆਰੇ ਦਰਸ਼ਕੋ ਵੀ ਰੋਣਾ ਸਾਹਿਬ ਨੇ ਹੋ ਸਕਦਾ ਸਾਡੇ ਤੁਹਾਡੇ ਘਰਾਂ ਜੋ ਜਾ ਕੇ ਸਭ ਕੁਝ ਲੈ ਲੈਣਾ ਇੱਕ ਸਹੂਲਤ ਹੈ ਇਹਨਾਂ ਦੀ ਉੱਧਾ ਕੋਈ ਗੱਲ ਨਹੀਂ ਹੈਗੀ ਸਹੂਲਤ ਹੈ ਵੀ ਤੁਹਾਡੇ ਘਰੋਂ ਹੀ ਸਭ ਕੁਝ ਪਾਸਵਰਡ ਲੈ ਕੇ ਤੇ ਤੁਸੀਂ 에ਰਪੋਰਟ ਤੇ ਰੋਣਾ ਸਾਹਿਬ ਨੂੰ ਮਿਲਣਾ ਸਾਰਾ ਕਾਗਜ਼ੀ ਕਾਰਵਾਈ ਬਹੁਤ ਬਖੂਬੀ ਤਰੀਕੇ ਦੇ ਨਾਲ ਕਾਗਜ਼ਾਂ ਪਤਾਂ ਦੀ ਕਾਗਜ਼ੀ ਕਾਰਵਾਈ ਬਹੁਤ ਵਧੀਆ ਰੋਣਾ ਸਾਹਿਬ ਕਰਦੇ ਨੇ ਤੁਹਾਡਾ ਕੋਈ ਵਿਸ਼ਾ ਹੀ ਨਹੀਂ ਹੈਗਾ ਬਿਲਕੁਲ ਵੀਜ਼ਾ ਅਸੀਂ ਲਵਾ ਕੇ ਦਿੰਨੇ ਆ ਤੇ ਹੁਣ ਹੁਣ ਤੇ ਵੀ ਗੱਲ ਹੈ ਕਿ ਅਸੀਂ ਪਾਸਪੋਰਟ ਲੈਣ ਤੋਂ ਬਿਨਾਂ ਵੀਜ਼ਾ ਲਵਾ ਦਿੰਨੇ ਲੋ ਜੀ ਵੀਜ਼ਾ ਕੋ ਪਾਸਪੋਰਟ ਦੀ ਫੋਟੋ ਕਾਪੀ ਲੈ ਲੀਂ ਜੇ ਪਰੰਪਰਾ ਹੈਗਾ ਬਹੁਤ ਕਿਤੇ ਵੀ ਪਾਸਪੋਰਟ ਤੇ ਵੀਜ਼ਾ ਲੱਗ ਜਾਂਦਾ ਨਹੀਂ ਪਾਸਪੋਰਟ ਤੇ ਵੀਜ਼ਾ ਨਹੀਂ ਲੱਗਦਾ ਉਹ ਅਸੀਂ ਤੁਹਾਨੂੰ ਵੱਖਰਾ ਵੀਜ਼ਾ ਲਵਾ ਦਿੰਦੇ ਇੱਕ ਵੱਖਰਾ ਕਾਗਜ਼ ਵਿੱਚ ਵੀਜ਼ਾ ਦਾ ਨਾਮ ਕੀ ਹੈਗਾ ਬੜਾ ਵਧੀਆ ਈ ਵੀਜ਼ਾ ਉਹਨੂੰ ਆਪਾਂ ਕਹਿੰਦੇ ਹਾਂ ਕਾਗਜ਼ ਦੇ ਵੱਖਰੇ ਵੀਜ਼ਾ ਲੱਗਦਾ ਹੁੰਦਾ ਇਹ ਉਹਦੇ ਉੱਤੇ ਮੋਹਰ ਵੀ ਲਵਾ ਦਿੰਦੀ ਉਹਦੇ ਤੇ ਸੋ ਤੁਹਾਨੂੰ ਵੀਜ਼ਾ ਅਸੀਂ ਲਵਾ ਕੇ ਦੇਣਾ ਆ ਹਾਂ ਜੀ ਟਿਕਟ ਦਾ ਬੰਦੋਬਸਤ ਵੀ ਕਰਨਾ ਆ ਇੱਥੋਂ ਜਾਣ ਤੋਂ ਲੈ ਕੇ ਇੱਥੇ ਆਉਣ ਤੱਕ ਦਾ ਸਾਰਾ ਕਾਗਜ਼ ਪੱਤਰ ਦਾ ਸਾਰਾ ਇੰਤਜ਼ਾਮ ਅਸੀਂ ਕਰਨਾ ਆ ਹੋਟਲ ਜਿਹੜੇ ਆ ਟਾਪ ਦੇ ਹੋਟਲ ਜੋ ਉੱਥੇ ਜਾਨੀ ਕਿ ਬ੍ਰਿਟਿਸ਼ ਸਟੈਂਡ ਰਕੀ ਦਾ ਜਾ ਕੇ ਲਾਹੌਰ ਚ ਵੀ ਉਸ ਟਾਪ ਦੇ ਹੋਟਲ ਵੀ ਕਰੀਦੇ ਆ ਇਹ ਬ੍ਰੇਕਫਾਸਟ ਵੀ ਹੋਟਲ ਚ ਹੁੰਦਾ ਆ ਡਿਨਰ ਵੀ ਹੋਟਲ ਚ ਹੁੰਦਾ ਜਾਨੀ ਸਵੇਰੇ ਆਪਾਂ ਬ੍ਰੇਕਫਾਸਟ ਕਰਕੇ ਨਿਕਲਦੇ ਸੀਗੇ ਡਿਨਰ ਆ ਕੇ ਹੋਟਲ ਚ ਕਰਦੇ ਸੀਗੇ ਔਰ ਬੜੀ ਵੈਰਾਈਟੀ ਹੁੰਦੀ ਉਹਦੇ ਚ ਉਹਦੇ ਚਿੱਤ ਜੀਵਨ ਸਵੇਰ ਦੇ ਤਰ੍ਹਾਂ ਤਾਂ ਵੀ ਜੇ ਜੋ ਤੁਰ ਲਗੇ ਬ੍ਰੇਕਫਾਸਟ ਕਰਕੇ ਵੀ ਜੇ ਅੱਜ ਆਪਾਂ ਹੋਟਲ ਦੀ ਗੱਲ ਕਰ ਲਈਏ ਵੀ ਜੇ ਕਿਸੇ ਨੇ ਕਿਹਾ ਵੀ ਪਰੌਂਠਾ ਪਕਾ ਕੇ ਦੇ ਦਿਓ ਮੈਂ ਰਸਤੇ 'ਚ ਜਾ ਪੋਟਰ ਵਾਲਿਆਂ ਨੇ ਉਹ ਵੀ ਨਹੀਂ ਨਾ ਕੀਤੀ ਜਿੰਨਾਂ ਦੀ ਜੀ ਚੀਜ਼ ਮੰਗੀ ਗੱਲ ਉਹਨਾਂ ਨੇ ਕੀਤੀ ਜੋ ਵੀ ਔਰ ਤਕਰੀਬਨ 6-7 ਤਰ੍ਹਾਂ ਦੇ ਸਵੇਰੇ ਪਰੌਂਠੇ ਹੁੰਦੇ ਆ ਬਿਲਕੁਲ ਬਿਲਕੁਲ ਜਿੰਨਾਂ ਦਾ ਕੋਈ ਗੱਲ 6-7 ਤਰ੍ਹਾਂ ਦੇ ਸੀਰੀਅਲ ਹੁੰਦੇ ਆ 3-4 ਤਰ੍ਹਾਂ ਦਾ ਜ ਪੀ ਟੋਟਲ ਕਿੰਨੀਆਂ ਆਈਟਮਾਂ ਤੇ ਮੈਨੂੰ ਸਾਰੀਆਂ ਆਈਟਮਾਂ ਪਾ ਕੇ ਨਾ ਬੇਖਫਤ ਜਿੰਨੀਆਂ ਰੱਖੀਆਂ ਹੋਈਆਂ ਜੇ ਸਾਰੀਆਂ ਗਣੋ ਤਕਰੀਬਨ 150 ਤੋਂ ਉੱਤੇ ਆਈਟਮਾਂ ਬਣ ਜਾਂਦੀਆਂ। ਕਿਆ ਬਾਤ ਹੈ ਬਿਲਕੁਲ ਇਦਾਂ। ਪਰ ਜਿਹੜੀਆਂ ਸਾਡੇ ਵਾਲੀਆਂ ਜਿਹੜੀਆਂ ਵੈਜੀਟੇਰੀਅਨ ਸਾਡੇ ਖਾਣ ਵਾਲੀਆਂ ਹੁੰਦੀਆਂ ਤਕਰੀਬਨ 20 ਤੋਂ 25 ਆਈਟਮਾਂ ਵੈਜੀਟੇਰੀਅਨ ਉਹਦੇ ਵਿੱਚ ਜਿਹੜੀਆਂ ਸਾਡੀਆਂ ਆਈਟਮਾਂ ਹੁੰਦੀਆਂ ਹੈਗੀਆਂ ਆ 6-7 ਤਰ੍ਹਾਂ ਦੇ ਪਰੌਂਠੇ ਹੈਗੇ ਆ ਸੀਰੀਅਲ 6-7 ਤਰ੍ਹਾਂ ਦੇ ਆ ਜੂਸ 3-4 ਤਰ੍ਹਾਂ ਦਾ ਆ ਇਹ ਲੱਸੀ ਨਾਲ ਹੁੰਦੀ ਆ ਲੱਸੀ ਦੋ ਤਿੰਨ ਤਰ੍ਹਾਂ ਦੀ ਹੁੰਦੀ ਆ ਬਸ ਸਹੂਲਤ ਸਾਰੀ ਆ ਜੀ। ਹਾਂ ਉਹਕ ਜਿੱਦਾਂ ਦਾ ਕੋਈ ਸਾਰੀ ਸਹੂਲਤ ਹੈ ਜੀ ਬੱਸ ਦੇ ਵਿੱਚ ਵੀ ਜਿੱਦਾਂ ਦਾ ਕੋਈ ਚੀਜ਼ ਚਾਹੁੰਦਾ ਬੱਸ ਵਿੱਚ ਵੀ ਸਹੂਲਤ ਹੈ ਬਿਲਕੁਲ ਉਹ ਤਾਂ ਪਾਣੀ ਦਾ ਨਾਲ ਅਸੀਂ ਬੋਤਲ ਪਾਣੀ ਦੇਈਦਾ ਸਾਰੇ ਟਾਈਮ ਪੀਣ ਦੇ ਲਈ ਉੱਥੋਂ ਦਾ ਪਾਣੀ ਪੀਣ ਲਈ ਨਹੀਂ ਕਹਿੰਦੇ ਤੇਰਾ ਸਾਹਿਬ ਇੱਕ ਆਪਾਂ ਗੱਲ ਹੋਰ ਕਰੀਏ ਵੀ ਮੈਂ ਸ਼ਾਇਦ ਪਿਛਲੀ ਵਾਰ ਵੀ ਆਪਾਂ ਗੱਲ ਕੀਤੀ ਸੀ ਅਸਲ ਵਿੱਚ ਇਹ ਯਾਤਰਾ ਦਾ ਜਿਹੜਾ ਮਕਸਦ ਹੈ ਸਾਡਾ ਹਾਂਜੀ ਆਪਾਂ ਇਸ ਪੁਆਇੰਟ ਤੇ ਵੀ ਆਈਏ ਮਕਸਦ ਸਾਡਾ ਯਾਤਰਾ ਦਾ ਕਿ ਆਪਾਂ ਇੱਕ ਸਟੋਰੇਜ ਆਪਾਂ ਕਹਾਣੀ ਲੈਣੇ ਹੁੰਦੇ ਵਿੱਚ ਦੇ ਅਸਲ ਵਿੱਚ ਚੋੜ ਪੁਸਤੀ ਖਾਨਦਨ ਚੋਰਾਂ ਦਾ ਨਾ ਹਾਂ ਮੈਂ ਪਹਿਲੇ ਵੀ ਗੱਲ ਕੀਤੀ ਹੋਣੀ ਆ ਤੋ ਬਾਪ ਕਹਿੰਦਾ ਪੁੱਤਰ ਨੂੰ ਜਵਾਨ ਹੋ ਗਿਆ ਵੀ ਉਹ ਕਹਿੰਦਾ ਕਿ ਪੁੱਤਰਾ ਆਤ ਨੂੰ ਚੋਰੀ ਦਾ ਦਾ ਪੇ ਸਿਖਾਵਾਂ ਮੈਂ ਨਾ ਹਾਂਜੀ ਤੇ ਰਾਤ ਨੂੰ ਪਿਓ ਪੁੱਤ ਚਲ ਪਏ ਚੋਰੀ ਕਰਨ ਤੇ ਇੱਕ ਤੁਸੀ ਜੀ ਆਈ ਉੱਚੀ ਜੀ ਜਗ੍ਹਾ ਆਈ ਤੇ ਪਿਓ ਪੁੱਤ ਨੂੰ ਕਹਿੰਦਾ ਪੁੱਤਰ ਵੀ ਉਹ ਘਰ ਲੁੱਟਣਾ ਆਪਣਾ ਹਾਂਜੀ ਵੀ ਜਿੱਥੇ ਲਾਈਟ ਜਗਦੀ ਪਈ ਆ ਹਾਂਜੀ ਤੇ ਪੁੱਤਰ ਕਹਿੰਦਾ ਵੀ ਬਾਪੂ ਜੀ ਵੀ ਉਹ ਘਰ ਕੇ ਉਹ ਲੁੱਟਣਾ ਤੇ ਬਾਪੂ ਕਹਿੰਦਾ ਪੁੱਤਰ ਇਹ ਘਰ ਮੈਂ ਪਹਿਲਾਂ 4-5 ਵਜੇ ਲੁੱਟ ਚੁੱਕਾ ਇੱਥੋਂ ਮਾਲ ਬੜਾ ਮਿਲਦਾ ਹੈ ਹਾਂਜੀ ਤੇ ਪੁੱਤਰ ਸਿਆਣਾ ਸੀ ਕਹਿੰਦਾ ਵੀ 4-5 ਵਜੇ ਲੁੱਟ ਵੀ ਚੁੱਕਾ ਤਾਂ ਵੀ ਲਾਈਟ ਜਗਣ ਰਹੀ ਹਾਂਜੀ ਲਾਈਟ ਜਗਦੀ ਪਈ ਹੈ ਵੀ ਅਸੀਂ 4-5 ਵਜੇ ਲੁੱਟ ਕੇ ਵੀ ਸਾਡੇ ਘਰ ਦੀ ਲਾਈਟ ਬੁੱਝ ਨਹੀਂ ਬੁੱਝੀ ਪਈ ਹੈ ਹਾਂਜੀ ਤੇ ਇੱਥੇ ਲਾਈਟ ਜਗਦੀ ਪਈ ਹੈ ਅਸਲ ਵਿੱਚ ਇਹ ਗੁਰੂ ਨਾਨਕ ਦੇ ਘਰ ਦੀਆਂ ਜੋਤਾਂ ਨੇ ਜੀ ਇਹ ਗੁਰਦੁਆਰੇ ਨਹੀਂ ਜਗੇ ਇੱਥੇ ਸਿਧਾਂਤ ਹੈ ਇੱਥੇ ਜੀ ਇਹ ਸਿਧਾਂਤ ਸਦਾ ਕਾਇਮ ਰਹਣੇ ਆ ਬਿਲਕੁਲ ਅਸੀਂ ਸੰਗਤੀ ਰੂਪ ਦੇ ਵਿੱਚ ਉਹਨਾਂ ਉੱਥੇ ਇਹ ਬਲਦੇ ਦੀਵਾਂ ਵਿੱਚ ਤੇਲ ਪਾ ਕੇ ਆਉਣਾ ਸਾਰਿਆਂ ਨੇ ਜੀ ਬਿਲਕੁਲ ਅਸੀਂ ਬੇਸ਼ੱਕ ਪੰਜਾਬੀ ਤੌਰ ਤੇ ਲੁੱਟੇ ਗਏ ਆ ਪੁੱਟੇ ਗਏ ਜਿਹੜੀ ਕਿੰਨੀ ਜਾਰੀ ਸਾਨੂੰ ਦਿਫਾੜ ਕੀਤਾ ਗਿਆ ਪਰ ਸਾਡੇ ਗੁਰਦੁਆਰਿਆਂ ਦੀ ਬੱਤੀਆਂ ਲਾਈਟਾਂ ਗੁਰੂ ਨਾਨਕ ਦੀ ਬਖਸ਼ੇ ਨੇ ਅੱਜ ਵੀ ਜਗਦੀਆਂ ਤੇ ਉਹਨਾਂ ਨੂੰ ਗਾਂ ਜਗਦੇ ਰੱਖਣਾ ਨਾਨਕ ਦੇ ਸਿੱਖਾਂ ਦੀ ਜ਼ਿੰਮੇਵਾਰੀ ਆ ਸੋ ਜਦੋਂ ਆਪਾਂ ਜਾਣਦੇ ਆ ਯਾਤਰਾ ਵੀ ਕਰਦੇ ਆ ਨਾਲ ਨਾਲ ਗੁਰਦੁਆਰੇ ਦੀ ਸਾਂਭ ਸੰਭਾਲ ਵੀ ਹੁੰਦੀ ਆ ਔਰ ਇੱਕ ਗੱਲ ਕਮਾਲ ਦੀ ਮੈਂ ਏਡੀ ਸਮਝ ਪਈ ਰ ਗਿਆ ਸੀ ਹਾਂਜੀ 87 ਜਦੋਂ ਪਹਿਲੀ ਵਾਰ ਆਇਆ ਸੀਗਾ ਉਦੋਂ ਗੁਰਦੁਆਰਿਆਂ ਦੀ ਬੜੀ ਖਸਤਾ ਹਾਲਤ ਸੀ ਬਿਲਕੁਲ ਪਰ ਜਦੋਂ ਅੱਜ ਜਾਂਦੇ ਆ ਦਿਲ ਖੁਸ਼ ਹੁੰਦਾ ਕਿ ਆਲੀ ਸ਼ਾਨ ਗੁਰਦੁਆਰੇ ਆਲੀ ਸ਼ਾਨ ਪਿਛਲੇ 50-70 ਸਾਲਾਂ ਚ ਇੰਨੀ ਤਰੱਕੀ ਹੋਈ ਆ ਔਰ ਹਰ ਸਾਲ ਅਸੀਂ ਜਦੋਂ ਕਰੋਨਾ ਤੋਂ ਪਹਿਲਾਂ ਸ਼ੁਰੂ ਕਰ ਲਿਆ ਸੀ ਵੈਸੇ ਕਰੋਨਾ ਚ ਫਿਰ ਉਕੇ ਥੋੜੇ ਚਿਰ ਵੀ ਹਰ ਸਾਲ ਚਾਰ ਵਿੱਚ ਚਾਰ ਵਾਰੀ ਜਾਂਦੀ ਜਿਹੜੀ ਪਹਿ ਸ਼ੁਰੂ ਕੀਤੀ ਉਹਦੇ ਨਾਲ ਆਇਆ ਵੀ ਤੁਸੀਂ ਤੁਸੀਂ ਜੁੜੇ ਰਹਿੰਨੇ ਆ ਤੁਹਾਨੂੰ ਜਿਹੜੀ ਚੀਜ਼ ਉਸੇ ਲੋੜ ਆ ਤੁਸੀਂ ਉਹ ਵੀ ਕਰ ਸਕਦੇ ਆ ਅਸੀਂ ਉੱਥੇ ਡਿਸਪੈਂਸਰੀ ਇੱਕ ਚਲਾ ਰਹੇ ਆ ਇੱਕ ਸਰਾਬੰਦੀ ਉਹਦੇ ਚ ਹਿੱਸਾ ਪਾਤਾ ਬਾਕੀ ਕਿਸੇ ਗੁਰਦਾਰੇ ਪੱਖਿਆਂ ਦੀ ਲੋੜ ਆ ਕਿਤੇ ਏਸੀ ਦੀ ਲੋੜ ਆ ਅਸੀਂ ਜਥੇ ਦੇ ਚੋਂ ਵੀ ਸੇਵਾ ਕਰਦੇ ਸਾਰੀਆਂ ਔਰ ਅੱਜ ਕੱਲ ਇੱਕ ਹੋਰ ਜ਼ਿੰਮੇਵਾਰੀ ਲਈ ਨਾਨਕਾਣਾ ਸਾਹਿਬ ਦੇ ਵਿੱਚ ਕੋਈ ਬੰਦਾ ਗੰਦਾ ਪਾਣੀ ਨਾ ਪੀਵੇ ਫਿਲਟਰ ਵਾਟਰ ਟਿਊਬਨ ਲਾ ਕੇ ਫਿਲਟਰ ਕਰਕੇ ਵਾਟਰ ਉਹ ਵੀ ਸੇਵਾ ਚ ਚੱਲ ਰਹੀਆਂ ਹੈਗੀਆਂ ਸੋ ਦੇਖ ਕੇ ਉੱਥੇ ਜਿਹੜੀਆਂ ਨਾਲ-ਨਾਲ ਉਹ ਜਿਹੜੀ ਗੁਰੂ ਘਰਾਂ ਦੀ ਸਾਂਭ ਸੰਭਾਲ ਵਾਲੀ ਗੱਲ ਵੀ ਜੀ ਯਾਤਰਾ ਜਿੱਥੇ ਜਾਂਦੇ ਤੇ ਤਾਂ ਹੀ ਹੁੰਦੀ ਆ ਸੋ ਪਹਿਲਾ ਜਥਾ ਹੁਣ ਫਰਵਰੀ ਜਾ ਰਿਹਾ ਆ ਇਦੋਂ ਅਗਲਾ ਜਥਾ ਫੇਰ ਅਪ੍ਰੈਲ ਚ ਵਿਸਾਖੀ ਤੇ ਵੀ ਜਾਣਾ ਆ ਫੇਰ ਗੁਰਨਾਨ ਸਾਹਿਬ ਦਾ ਜੁਤੀ ਜੋਤ ਦਿਵਸ ਮਨਾਉਣ ਲਈ ਸੀ ਜਾਣੇ ਹੁੰਨੇ ਆ ਸਤੰਬਰ ਦੇ ਵਿੱਚ ਤੇ ਉਸ ਤੋਂ ਬਾਅਦ ਗੁਰਨਾਨ ਸਾਹਿਬ ਦਾ ਪ੍ਰਕਾਸ਼ ਪੁਰ ਮਨਾਉਣ ਲਈ ਨਵੰਬਰ ਦੇ ਵਿੱਚ ਜਾਣੇ ਹੁੰਨੇ ਆ ਸੋ ਆ ਜਿਹੜਾ ਪਹਿਲਾ ਜਥਾ ਹੋਣਾ ਹੈਗਾ ਫਰਵਰੀ ਵਾਲ ਮੈਂ ਬੇਨਤੀ ਕਰਾਂਗਾ ਆਪਾਂ ਵੱਧ ਤੋਂ ਵੱਧ ਦੇ ਵਿੱਚ ਸ਼ਾਮਲ ਹੋਈਏ ਕਿਉਂਕਿ ਸਾਕਾ ਨਨਕਾਣਾ ਸਾਹਿਬ ਜਾ ਕੇ ਉੱਥੇ ਮਨਾਉਣਾ ਆ ਇਹ ਲੋਕਾਂ ਤੋਂ ਜਾਣਦਾ ਆਮ ਤੌਰ ਤੇ ਇੱਥੇ ਰੋਜ਼ਾਨਾ ਘੱਟ ਹੁੰਦਾ ਪਰ ਨਜ਼ਾਰਾ ਵੱਖਰੀ ਤਰ੍ਹਾਂ ਦਾ ਇਹਦੇ ਵਿੱਚ ਹੁੰਦਾ ਆ 18 ਫਰਵਰੀ ਤੋਂ ਲੈ ਕੇ ਜਿਹੜਾ 28 ਫਰਵਰੀ ਜਥਾ ਆ ਸਾਕਾ ਨਨਕਾਣਾ ਸਾਹਿਬ ਜਦੋਂ ਬਣਾਉਂਗਾ ਜਦੋਂ ਮਨਾ ਕੇ ਆਵਾਂਗੇ ਉਦੋਂ ਸਾਨੂੰ ਪਤਾ ਹੋਣਾ ਵੀ ਅਸੀਂ ਸ਼ਹੀਦਾਂ ਨੂੰ ਜਿੱਦਾਂ ਨਾ ਗੁਰੂ ਨਾਨਕ ਦੇ ਵਿਹੜੇ 'ਚ ਜਾ ਕੇ ਗੁਰੂ ਨਾਨਕ ਦੇ ਦਰਸ਼ਨ ਵੀ ਕੀਤੇ ਆ ਗੁਰਨਾਨਕ ਨੂੰ ਮਿਲ ਕੇ ਆਏ ਤੇ ਉਹਦੇ ਦਰ ਦੀ ਪਵਿੱਤਰਤਾ ਕਾਇਮ ਰੱਖ ਲਈ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਉਹਨਾਂ ਨੂੰ ਵੀ ਮਿਲ ਕੇ ਆਏ ਆ ਬਿਲਕੁਲ ਜੀ ਔਰ ਸਤਨਾਮ ਸਿੰਘ ਜੀ ਤੁਸੀਂ ਬਹੁਤ ਇਸ ਗੱਲ ਦੇ ਹਾਂ ਜੀ ਮੈਂ ਸਾਡੇ ਜੱਸੀ ਦੀ ਖਾਸੀਅਤ ਆ ਇਹ ਬਿਲਕੁਲ ਕਿ ਹਰ ਗੁਰਦੁਆਰੇ ਸੀ ਦੀਵਾਨ ਲਾਉਂਦੇ ਆ ਬਿਲਕੁਲ ਜੀ ਤੁਸੀਂ ਕੀਰਤਨ ਕੀਤਾ ਤੁਸੀਂ ਮਖਲ ਸਭ ਜਗ੍ਹਾ ਜੀ ਮੌਕਾ ਮਿਲਿਆ ਬੜਾ ਆਨੰਦ ਵਜਿਆ ਜੋ ਨਾਮ ਦੀ ਲਾਹੌਰ ਗਏ ਆ ਉੱਥੇ ਵੀ ਕੀਰਤਨ ਕਰਦਾ ਸੁਭਾਗ ਪ੍ਰਾਪਤ ਹੋਇਆ ਬੜਾ ਨੰਦ ਨਾ 150 ਹਾਂਜੀ ਬਿਲਕੁਲ 150 ਮਹਾਰਾਜ ਦੀ ਸਿੱਧੀ ਸਾਹਿਬ ਦਾ ਬਿਲਕੁਲ ਬਹੁਤ ਆਨੰਦ ਵਾਲੀ ਚੀਜ਼ ਹੈ ਕਿਉਂਕਿ ਅਸੀਂ ਵਿਸਾਖੀ ਪੰਜਾ ਸਾਹਿਬ ਮਨਾਈ ਸੀ ਤੇ ਇਸ ਵਾਰ ਉੱਥੇ ਵੀ ਇਸ ਵਾਰ ਮੈਂ ਕਿਰਤਾਰਪੁਰ ਸਾਹਿਬ ਨਨਕਾਣਾ ਸਾਹਿਬ ਮਨਾ ਹੋਣਾ ਹੈ ਦਿਨ ਉਦੋਂ ਤਾਂ ਸਾਰੇ ਗੁਰਦੁਆਰੇ ਜਾ ਕੇ ਰੂੜੀ ਸਾਹਿਬ ਜਾ ਕੇ ਵੀ ਦੀਵਾਨ ਲਾਈਦਾ ਗੁਰਦੁਆਰਾ ਬੇਰ ਸਾਹਿਬ ਚਾਲਕੋਟ ਉੱਥੇ ਜਾ ਕੇ ਦੀਵਾਨ ਲਾਈਦਾ ਇਹ ਜਨਮਸਥਾਨ ਦੇ ਵਿੱਚ ਤਾਂ ਲੱਗਦਾ ਹੀ ਹੁੰਦਾ ਗੁਰਦੁਆਬਾਲ ਲੀਲਾ ਵੀ ਉੱਥੇ ਵੀ ਗੁਰਦੁਆਰਾ ਕਿਆਰਾ ਸਾਹਿਬ ਵੀ ਗੁਰਦਰਾ ਮਾਲਜੀ ਸਾਹਿਬ ਵੀ ਗੁਰਦਰਾ ਸੱਚਾ ਸੌਦਾ ਬਿਲਕੁਲ ਕੀ ਬਾਤ ਹੈ ਕੀ ਬਾਤ ਹੈ ਉਹ ਤੇ ਪੰਜਾ ਸਾਹਿਬ ਜਾ ਕੇ ਇੱਕ ਚੀਜ਼ ਹੋਰ ਹੈ ਪਹਿਲੇ ਦਰਸ਼ਕੋ ਵੀ ਜਿੱਥੇ ਆਪਾਂ ਗੁਰਦੁਆਮਾ ਦੇ ਦਰਸ਼ਨ ਉੱਥੇ 2 ਦਿਨ ਦੀ ਸ਼ਾਪਿੰਗ ਵੀ ਰਾਣਾ ਸਾਹਿਬ ਹਾਂ ਨੇ ਪ੍ਰਬੰਧ ਕੀਤਾ ਬਹੁਤ ਵਧੀਆ ਕਿ ਜਿਹੜੀ ਮਾਰਕੀਟਾਂ ਜਿਹੜੀਆਂ ਉੱਥੇ ਦੀਆਂ ਕੋਈ ਪੱਖ ਰਹਿ ਨਾ ਜਾਵੇ ਸੰਗਤ ਦਾ ਕੋਈ ਆਨੰਦ ਵਾਲਾ ਪੱਖ ਹੈ ਸਿਰਫ 2 ਦਿਨ ਦੀ ਸ਼ਾਪਿੰਗ ਵੀ ਬੜੀ ਬੜੀ ਤਰੀਕੇ ਨਾਲ ਬਹੁਤ ਖੂਬੀ ਤਰੀਕੇ ਨਾਲ ਕਰਵਾਈ ਜਾਂਦੀ ਹੈ ਨਾਲ ਸਿਕਿਉਰਿਟੀ ਹੁੰਦੀ ਪੁਲਿਸ ਹੁੰਦੀ ਸਾਡੇ ਪਾਸੇ ਬਾਜ਼ਾਰ ਦੇ ਵਿੱਚ ਜਿੱਥੇ ਮੇਨ ਬਾਜ਼ਾਰ ਹੈ ਉੱਥੇ ਅਸੀਂ ਗਏ ਸੀ ਦੋ ਦਿਨ ਸ਼ੋਪਿੰਗ ਵੀ ਕਰਾਈ ਹੈ ਅਬ ਚਲੋ ਜਿੰਨੇ ਕੋਈ ਖੁਸ਼ੀ ਮੇਲਾ ਕਰਨਾ ਬਾਲ ਬੱਚਿਆਂ ਦਾ ਕੋਈ ਸਮਾਨ ਲੈਣਾ ਹੁੰਦੀ ਹੈ ਸਾਰਿਆਂ ਨੂੰ ਇਹ ਚੀਜ਼ ਹੈ। ਅਲਹਾਰ ਦੇ ਵਿੱਚ ਤਿੰਨ ਥਾਂ ਤੇ ਸ਼ੋਪਿੰਗ ਆਪਾਂ ਆਮ ਤੌਰ ਤੇ ਕਰਦੇ ਹਾਂ ਇੱਕ ਅਨਾਰਕਲੀ ਵਿਜਾਰ ਚਲ ਜੀ ਦਾ ਬਿਲਕੁਲ ਜੀ ਵਾਹ ਪੈਕਜ ਮਾਲ ਆ ਬਹੁਤ ਟਾਪ ਦਾ ਜਿੱਥੇ ਡਿਜ਼ਾਈਨਰ ਕੱਪੜੇ ਮਿਲਦੇ ਆ ਇੱਕ ਤੋਂ ਵਾਲਾ ਮਟੀਰੀਅਲ ਹੁੰਦਾ ਕਰੀਬ ਕੀ ਤੇ ਇੱਕ ਲਿਬਰਟੀ ਉਹਦੇ ਵਿੱਚ ਦੋਨੇ ਤਰ੍ਹਾਂ ਦੀ ਗੱਲ ਹੁੰਦੀ ਆ ਤੁਸੀਂ ਯਾਨੀ ਕਿ ਇੱਕ ਤਰ੍ਹਾਂ ਦਾ ਉੱਥੋਂ ਦਾ ਕੋਈ ਸ਼ਲਾਮ ਵੀ ਖਰੀਦਣਾ ਹੋਵੇ ਹਾਂਜੀ ਹਾਂਜੀ ਤੇ ਤੁਸੀਂ ਇੱਕ ਤਰ੍ਹਾਂ ਦਾ ਉਹ ਮਾਹੌਲ ਦੇਖ ਲੈਣਾ ਕਲਚਰ ਨੂੰ ਸਮਝਣ ਦੀ ਗੱਲ ਕਰ ਵੇ ਉੱਥੇ ਇੱਕ ਦਿਨ ਜ਼ਰੂਰ ਕਰਾਈਦੀ ਆ ਇਹ ਸੁਫੀ ਸ਼ਾਰਾ ਨੂੰ ਸਦਕੇ ਸੁਣ ਲੀਦਾ ਆ ਆਪ ਕਵੀ ਦਰਬਾਰ ਕਰ ਲੀਦਾ ਔਰ ਇੱਕ ਗੱਲ ਜਿਹੜੀ ਖਾਸ ਗੱਲ ਦੀ ਖਿਆਲ ਰੱਖੀ ਜਾਂਦੀ ਅਸੀਂ ਉੱਥੇ ਇਤਿਹਾਸ ਦੀ ਵੀ ਸਾਰੇ ਗੁਰਦਾਰਿਆਂ ਦੀ ਗੱਲ ਜਿਹੜੀ ਆ ਬਿਲਕੁਲ ਉਨੇ ਵਿਸਤਾਰ ਨਾਲ ਕਰਦੇ ਆ ਜਿੰਨੇ ਵਿਸਤਾਰ ਨਾਲ ਕਰਨੀ ਚਾਹੀਦੀ ਆ ਤਾਂ ਕਿ ਸਾਡਾ ਯਾਤਰਾ ਦਾ ਜਿਹੜਾ ਮਕਸਦ ਪੂਰਾ ਹੋ ਜਾਵੇ ਇੱਕ ਚੀਜ਼ ਹੋਰ ਆ ਰਾਣਾ ਸਾਹਿਬ ਜਦੋਂ ਪਿਆਰੇ ਦਰਸ਼ਕੋ ਜਦੋਂ ਜਿਹੜੇ ਸਥਾਨ ਤੇ ਅਸੀਂ ਗਏ ਆ ਉਹ ਤੋਂ ਠੀਕ 5 ਮਿੰਟ ਪਹਿਲਾਂ ਜਾ ਕੇ ਲੋ 10 ਮਿੰਟ ਦਾ ਰਸਤਾ ਲੱਗਿਆ ਬਹੁਤ ਵਧੀਆ ਰਾਣਾ ਸਾਹਿਬ ਐਕਸਪਲੇਨ ਕਰ ਦਿੰਦੇ ਨੇ ਵੀ ਇਹ ਗੁਰੂ ਘਰ ਦਾ ਆ ਇਤਿਹਾਸ ਹੈ ਇਹ ਇੱਕ ਬਹੁਤ ਚੰਗੀ ਬੱਸ ਵਿੱਚ ਐਕਸਪਲੇਨ ਕਰ ਦਿੱਤਾ ਜਾਂਦਾ ਹੈ ਤਾਂ ਕਿ ਜਾ ਕੇ ਆਪਾਂ ਉੱਥੋਂ ਸਾਡਾ ਸਮਾਂ ਨਾ ਖਰਾਬ ਹੋਵੇ ਤਾਂ ਉਹਦੀ ਫੀਲਿੰਗ ਲੈ ਸਕੇ ਸੋ ਇਹ ਵੀ ਇੱਕ ਰਾਣਾ ਸਾਹਿਬ ਦੀ ਬਹੁਤ ਵਧੀਆ ਮੈਨੂੰ ਚੰਗੀ ਗੱਲ ਲੱਗੀ ਹੈ ਕਿ ਬੱਸ ਦੇ ਵਿੱਚ ਹੀ ਇਤਿਹਾਸ ਦੱਸ ਦੇਣਾ ਸਾਰਾ ਤੇ ਵਿੱਚ ਬੱਸ ਦੇ ਜਿਹੜਾ ਆਨੰਦ ਵਖਰਾ ਹੀ ਆ ਜੀ ਜੀ ਬਾਕੀ ਗੁਰਦਾਰੇ ਜਾ ਕੇ ਜਵਾਬ ਕਰਦੇ ਜਾਂਦਾ ਹੈ ਪ੍ਰਚਾਰ ਕਰਦੇ ਜਾਂਦਾ ਉਹ ਬੱਕਰਾ ਇਹ ਨਾਂਦੇ ਜੀ ਬਿਲਕੁਲ ਹਾਂ ਹਾਂ ਸੰਗਤਾਂ ਨਾਮ ਵੀ ਜਪਦੀਆਂ ਆ ਇੱਕ ਦੂਜੇ ਨਾਲ ਜੁੜਦੀਆਂ ਵੀ ਆ ਔਰ ਵੱਡੀ ਗੱਲ ਆ ਕਿ ਯਾਨੀ ਕਿ ਤਕਰੀਬਨ ਹਰ ਗਰੁੱਪ ਦੇ ਵਿੱਚ ਹੀ ਇਹ ਕਈ ਸੱਜਣ ਜਿਹੜੇ ਦੂਰ ਦੂਰੋਂ ਆਇਆ ਹੁੰਦੇ ਹੋ ਕਈ ਤਾਂ ਮਿੱਤਰ ਬਣ ਕੇ ਆਉਂਦੇ ਕਈ ਰਿਸ਼ਤੇਦਾਰ ਬਣ ਕੇ ਵੀ ਆਉਂਦੇ ਰਿਸ਼ਤੇ ਹੁੰਦੇ ਬੱਚਿਆਂ ਦੇ ਇਹ ਵੀ ਗੱਲ ਬਹੁਤ ਚੰਗੀ ਹੈ ਜੀ ਲੋਕ ਇਹ ਜਿਹੜੀ ਇੱਕ ਦੂਨੇ ਨੇੜਤਾ ਹੁੰਦੀ ਆ ਬੱਚੇ ਸਾਰਿਆਂ ਦੇ ਹੀ ਆਪਣੇ ਜਿਹੜੀ ਆਪਾਂ ਬੱਚੇ ਵਿਆਹਣ ਵਰਨ ਵਾਲੇ ਹੁੰਦੀ ਆ ਦਸ ਤੋਂ ਪੁਸ਼ ਪਾਉਣ ਵਾਲਾ ਕੋਈ ਨਹੀਂ ਹੁੰਦਾ ਜਦੋਂ ਤੁਸੀਂ ਆਪਸੀ ਗੱਲਾਂ ਚੱਲਦੀ ਆ ਉਹ ਕਹਿੰਦੇ ਮੇਰੀ ਕੁੜੀ ਵਿਆਹਣ ਵਾਲਾ ਕਹਿੰਦਾ ਮੇਰਾ ਵੀ ਮੁੰਡਾ ਵਿਆਹਣ ਵਾਲਾ ਚਲੋ ਆਪਾਂ ਗੱਲ ਕਰਦੇ ਆ ਇਦਾਂ ਰਿਸ਼ਤੇ ਵੀ ਜੁੜੇ ਆ ਪਿਛਲੇ ਸਮਿਆਂ ਦੇ ਵਿੱਚ ਪਰ ਦੋਸਤੀਆਂ ਤਾਂ ਬਣੀਆਂ ਇਹ ਬਣੀਆਂ ਆ ਔਰ ਜਿਹੜੇ ਜਿ세 ਵਾਲੇ ਚੱਲ ਜਾਂਦੇ ਆ ਉਹ तकरीबन ਤੱਕ ਸਾਡੇ ਲਈ ਤਾਂ ਪਰਿਵਾਰ ਦਾ ਹਿੱਸਾ ਬਣ ਜਾਂਦੇ ਆ ਉਹਨਾਂ ਨੂੰ ਉਦਾਂ ਹੀ ਮਿਲੀਵਰਤੀ ਦਾ ਜਿਦਾਂ ਆਪਣੇ ਰਿਸ਼ਤੇਦਾਰਾਂ ਨੂੰ ਪਰਿਵਾਰਾਂ ਨੂੰ ਮਿਲਿਦਾ ਆ ਸੋ ਇੱਕ ਤਰ੍ਹਾਂ ਦੀ ਜਿਹੜੀ ਆਪਣਤ ਦੀ ਫੀਲਿੰਗ ਹੈ ਜਿਹਦੀ ਲੋਡ ਬੜੀ ਆ ਜਿਹਦੇ ਕਰ ਜਿੱਥੇ ਟੁੱਟਣ ਕਰਕੇ ਸੀ ਇੱਥੇ ਇਹਨਾਂ ਦੇਸ਼ਾਂ 'ਚ ਡਿਪਰੈਸ਼ਨ 'ਚ ਬੈਠੇ ਹੁੰਨੇ ਆ ਉਹ ਜਿਹੜੀ ਬੰਦੀ ਉੱਥੇ ਜਾ ਕੇ ਮੈਂ ਸੋਚਦਾ ਉਹ ਸਾਡੀ ਸਭ ਤੋਂ ਵੱਡੀ ਗੱਲ ਇੱਕ ਸ਼ੋਗਲ ਦੀ ਗੱਲ ਕਰਾ ਵੀ ਜਿੰਨ ਜਣ ਵੀ ਫਰਵਿਜ ਜਾਣਾ ਵਾ ਆਪਣਾ ਭਾਰ ਢੋਲ ਲਿਓ ਤੇ ਆ ਕੇ ਢੋਲ ਲਿਓ ਆ ਭਾਰ ਵੱਜਦਾ ਉਹ ਤੁਹਾਨੂੰ ਦੱਸਣਾ ਹੀ ਮੇਰੇ ਵੱਲ ਭਾਰ ਵੱਤ ਨਾ ਸੰਗਤ ਜੀ ਇੰਨਾ ਆਨੰਦ ਕੋਈ ਟੈਨਸ਼ਨ ਨਹੀਂ ਹੈ ਬੜਾ ਇੱਕ ਗੁਰੂ ਦੇ ਦਰਸ਼ਨ ਇੱਕ ਕੀ ਚੀਜ਼ ਹੈ ਜੀ ਆ ਕੇ ਵੇਖ ਜੇਗਾ ਭਾਰ ਵੱਜਿਆ ਹੋਗਾ ਘਟਦਾ ਨਹੀਂ ਬਿਲਕੁਲ ਇਦਾਂ ਦਾ ਨਾਲ ਦਾ ਜੀ ਸੋ ਸਾਰਿਆਂ ਨੂੰ ਬੇਨਤੀ ਆ ਜੀ ਹੁਣ 18 ਫਰਵਰੀ ਨੂੰ ਜਦੋਂ ਅਸੀਂ ਜਾ ਰਹੇ ਹਾਂ 18 ਫਰਵਰੀ ਤੋਂ 28 ਫਰਵਰੀ ਤੱਕ ਆ ਇਹ ਸੁਹਾਵਣਾ ਮੌਸਮ ਆਉਣਾ ਹੈ ਇਹ ਬਿਲਕੁਲ ਸਾਕਨਨ ਕਾਨਾ ਸਾਹਿਬ ਉੱਥੇ ਵੱਡੇ ਪੱਧਰ ਤੇ ਮਨਾਉਣਾ ਅਖੰਡ ਪਾਠ ਉਨੀ ਫਿਰ ਨੂੰ ਰੱਖਣਾ 21 ਨੋ ਦੇ ਭੋਗ ਪਾਉਣੇ ਵੱਡੇ ਦੀਵਾਨ ਸੱਜਣਗੇ ਔਰ ਹੋ ਸਕਦਾ ਅਗੇ ਪੰਜਾਬ ਦੀ ਧਰਤੀ ਵਾਲੇ ਬੰਨੇ ਹੋ ਵੀ ਇਹ ਕੁਛ ਵੱਡੀਆਂ ਹਸਤੀਆਂ ਉੱਥੇ ਆਉਣ ਅਸੀਂ ਮਿਲਾਂਗੇ ਉੱਥੇ ਸਾਰੇ ਇਕੱਠੇ ਮਿਲ ਕੇ ਉੱਥੇ ਮਿਲੰਦਾ ਇੱਕ ਵਧੀਆ ਆਨੰਦ ਹੁੰਦਾ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਗੁਰੂ ਦੇ ਘਰ ਦੇ ਅੰਦਰ ਜਦੋਂ ਆਪਸ ਵਿੱਚ ਮਿਲਦੇ ਆ ਉਦੋਂ ਵੀ ਆਨੰਦ ਹੁੰਦਾ ਤੇ ਬਾਕੀ ਸਾਰੇ ਗੁਰਦਾਰਿਆਂ ਦੇ ਦਰਸ਼ਨ ਇੱਕ ਨਵੀਂ ਤਰ੍ਹਾਂ ਦਾ ਸੰਸਾਰ ਉੱਥੇ ਸਿਰਜਿਆ ਜਾਂਦਾ ਗੁਰੂ ਦੀ ਬਖਸ਼ੀ ਇਹ ਖੀਰ ਤੇ ਮਰਾ ਸਮਾਹ ਚ ਲਿਆ ਸਲਾਮ ਸੇ ਕੀ ਖੀਰ ਤੀ ਗਾਨਾ ਬਸ ਪਹਿਲੇ ਦਰਸ਼ਕੋ ਵੀ 18 ਫਰਵਰੀ ਤੋਂ 28 ਫਰਵਰੀ ਤੱਕ ਧਿਆਨ ਰੱਖੋ ਜਿਨ੍ਹਾਂ ਨੇ ਜਾਣਾ ਹੈ ਸਮੇਂ ਨਾਲ ਇਹ ਚੀਜ਼ੇ ਡਾਕੂਮੈਂਟ ਤੇ ਇਨਫੋਰਮ ਕਰਨਾ ਪੈਂਦਾ ਜੀ ਕਿਉਂਕਿ ਪ੍ਰੋਸੈਸ ਹੈ ਇਹਦੀ ਹੈ ਨਾ ਇਹ ਕੁਛ ਵੀ ਜੇ ਸਾਨੂੰ ਲੱਗ ਚੁੱਕੇ ਹੋਏ ਆ ਜੀ ਅਸੀਂ ਕੁਝ ਵੀ ਦਾ ਪ੍ਰੋਸੈਸ ਸ਼ੁਰੂ ਕੀਤਾ ਸਾਡੇ ਤਕਰੀਬਨ ਜਿੰਨੇ ਕੁ ਬੰਦੇ ਅਸੀਂ ਲੈ ਕੇ ਜਾਣੇ ਆ ਉਦੋਂ ਤਕਰੀਬਨ 3-24 ਯਾਨੀ ਕਿ ਜੇ ਅਸੀਂ 100 ਬੰਦਾ ਲੈ ਕੇ ਜਾਣਾ ਤੇ 75 ਦੇ ਵੀ ਜੀ ਹੁਣ ਤੱਕ ਐਪਲੀਕੇਸ਼ਨਾਂ ਜਾ ਚੁੱਕੀਆਂ ਜਿੰਨੇ 50-60 ਵੀ ਜੇ ਲ ਤੇ ਸੋ ਤੁਸੀਂ ਵੀ ਜੁੜੋ ਜਿਹੜੇ ਬੰਦੇ ਰਹਿੰਦੇ ਆਪਾਂ ਪੂਰੇ ਕਰਕੇ ਤੇ ਫਿਰ ਆਪਾਂ ਜਥੇ ਜਾਣ ਵਾਲਾ ਬਣੀਏ ਤੇ ਬਾਅਦ ਚ ਨਿਰਾਸ਼ ਹੋ ਨਾ ਬੇਤਰ ਕਿਉਂਕਿ ਲਿਮਟ ਹੈ ਜਿੱਤਾਂ ਕਿ ਅਸੀਂ ਬੰਦੇ ਲੈ ਜਾ ਸਕਦੇ ਆ ਇਹ ਉਹਨੀਆਂ ਕੋਈ ਸੀਟਾਂ ਲਈਆਂ ਹੁੰਦੀਆਂ ਸੋ ਸਮੇਂ ਸਿਰ ਅੱਜ ਹੀ ਤੁਸੀਂ ਫੋਨ ਕਰੋ ਔਰ ਉਹਦੇ ਚ ਜਿਹੜੀ ਐਡ ਚੱਲ ਰਹੀ ਆ ਉਹਦੇ ਚ ਮੇਰਾ ਨੰਬਰ ਵੀ ਚੱਲ ਰਿਆ ਆ ਤੁਸੀਂ ਸੰਗਠਨ ਦੀ ਵੀ ਫੋਨ ਕਰ ਸਕਦੇ ਆ ਪਰ ਜਿਹੜਾ ਮੇਰਾ ਨੰਬਰ ਚੱਲ ਰਿਆ ਜੇ ਕਹੋ ਤੇ ਮੇਰਾ ਹੋ ਵੀ ਜਾਂ ਜਗਮਉਰ ਸਿੰਘ ਦਾ ਨੰਬਰ ਹੋਵੇ ਦੋਵਾਂ ਚ ਜਿਹੜੇ ਮਰਜੀ ਫੋਨ ਤੇ ਤੁਸੀਂ ਫੋਨ ਕਰ ਸਕਦੇ ਆ ਭਾਈ ਸਤਰਾਮ ਸਿੰਘ ਬੈਠੇ ਜਿਹਨਾਂ ਕੋਲ ਇਹਨਾਂ ਦਾ ਨੰਬਰ ਹੋਵੇ ਉਹ ਵੀ ਕਰ ਲਿਓ ਤੁਸੀਂ ਤੇ ਜੁੜਿਓ ਜ਼ਰੂਰ ਜੀ ਚੜ੍ਹਦੀ ਕਲਾ ਬਹੁਤ ਹੈ ਤੇ ਧੰਨਵਾਦ ਆਪ ਜੀ ਦਾ ਬਹੁਤ ਬਹੁਤ ਤੁਸੀਂ ਜੁੜਿਓ ਸੰਗਤ ਟੈਲੀਵਿਜ਼ਨ ਆ ਏਦਾਂ ਹੀ ਜੁੜੇ ਰਹੋ ਤੇ ਜਿਹੜੀ ਐਡ ਆ ਰਹੀ ਹੈ ਉਹ ਵੀ ਦੇਖਦੇ ਰਹੋ ਤਾਂ ਕਿ ਤੁਸੀਂ ਫੋਨ ਕਰ ਸਕੋ ਸਮੇਂ ਸਿਰ ਜੀ ਆਓ ਇੱਕ ਵਾਰ ਫਤਿਹ ਸਾਂਝੀ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਦੇ ਸੰਗ ਰੱਬੀ ਨਾਮ ਵਿੱਚ ਰੰਗ ਪਾਕਿਸਤਾਨ ਵਿਚਲੇ ਇਤਿਹਾਸਿਕ ਗੁਰਧਾਮਾਂ ਦੀ ਯਾਤਰਾ 18 ਤੋਂ 28 ਫਰਵਰੀ ਤੱਕ ਨਨਕਾਣਾ ਸਾਹਿਬ ਪੰਜਾਬ ਸਾਹਿਬ ਸੱਚਾ ਸੋਦਾ ਕਰਤਾਰਪੁਰ ਸਾਹਿਬ ਐਮਨਾਬਾਦ ਸਿਆਲਕੋਟ ਅਤੇ ਲਾਹੌਰ ਦੇ ਗੁਰਦੁਆਰਿਆਂ ਦੇ ਦਰਸ਼ਨ ਦਿਦਾਨ ਸ਼ਾਨਦਾਰ ਹੋਟਲ ਜਾਨਦਾਰ ਸਿਕਿਉਰਿਟੀ ਆਲੀ ਸ਼ਾਨ ਪੋਚਾਂ ਪਹਿਲੇ ਆਓ by labor